ਮੇਰੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਾਲ ਹੀ ਕਲਗੀਧਰ ਦੀ ਬਖਸ਼ੀ ਹੋਵੇ ਤੇ ਸਾਂਝੀ ਕਰਦੀ ਹਾਂ। ਫਤਿਹ ਦਾ ਜਵਾਬ ਖਾਲਸਾ ਜੀ ਫਤਿਹ ਵੀ ਜ਼ਰੂਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਫੇਰ ਪ੍ਰੋਗਰਾਮ ਸੰਗਤ ਏਡ ਮੈਡੀਕਲ ਫੰਡ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਚੁੱਕੇ ਹਾਂ। ਮਾਲਕ ਦੇ ਅੱਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ, ਆਪ ਹੀ ਕਿਰਪਾ ਕਰਕੇ ਇਹ ਪ੍ਰੋਗਰਾਮ ਕਰਵਾ ਲੈਣਾ। ਸੰਗਤ ਏਡ ਮੈਡੀਕਲ ਫੰਡ, ਜਿਸ ਦੇ ਵਿੱਚ ਉਹਨਾਂ ਗਰੀਬਾਂ ਦੀ ਬਾਂਹ ਫੜੀ ਗਈ ਆ, ਉਹ ਵਿਚਾਰੇ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਅਤੇ ਸੰਗਤ ਏਡ ਨੇ ਉਹਨਾਂ ਦੀ ਬਾਂਹ ਫੜੀ ਹੈ ਅਤੇ ਉਹ ਹੋਸਪਿਟਲ ਵਿੱਚ ਆਪਣਾ ਇਲਾਜ ਕਰਵਾ ਰਹੇ। ਹੋਰ ਗੱਲਾਂ ਬਾਤਾਂ ਕਰਨ ਤੋਂ ਪਹਿਲਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਬਾਬਾ ਜੀ ਹੁਣਾਂ ਨੂੰ ਮੈਂ ਜਿਉਂ ਆਇਆਂ ਕਹਿੰਦੀ ਹਾਂ ਸਵਾਗਤ ਕਰਦੀ ਹਾਂ, ਫਤਿਹ ਸਾਂਝੀ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਅਸੀਂ ਫਿਰ ਦੋਨੋਂ ਭੈਣ ਭਰਾ ਰਲ ਕੇ ਉਸ ਪ੍ਰੋਗਰਾਮ ਦੀ ਗੱਲਬਾਤ ਕਰਾਂਗੇ ਜਿਹੜੀ ਦੇਖੋ ਵੀਰ ਜੀ ਸੰਤੋਸ਼ ਕੌਰ ਸਟਿਲ ਹਜੇ ਹਸਪੀਟਲ ਵਿੱਚ ਹੈਗੇ। ਹਾਂਜੀ, ਪਰ ਗੁਰੂ ਦੀ ਕਿਰਪਾ ਨਾਲ, ਸੰਗਤ ਦੀ ਕਿਰਪਾ ਨਾਲ ਅੱਗੋਂ ਬਹੁਤ ਠੀਕ ਨੇ। ਹਾਂਜੀ ਹਾਂਜੀ, ਉਹਨਾਂ ਦਾ ਆਪਰੇਸ਼ਨ ਹੋ ਚੁੱਕਾ ਹੈ ਤਾਂ ਆਪਰੇਸ਼ਨ ਦੇ ਉੱਪਰ ਕਿੰਨਾ ਖਰਚ ਆ ਚੁੱਕਾ ਆ, ਕਿਹੋ ਜਿਹੇ ਉਹਦੇ ਹਾਲਾਤ ਹੈਗੇ ਆ, ਇਹ ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਗੱਲਾਂ ਬਾਤਾਂ ਕਰਾਂਗੇ। ਪਰ ਅੱਜ ਸੰਤੋਸ਼ ਕੌਰ ਵਿਚਾਰੇ ਹਸਪੀਟਲ ਵਿੱਚ ਸਟਿਲ ਹੈਗੇ ਆ। ਹਾਂਜੀ ਹਾਂਜੀ, ਤੇ ਇਲਾਜ ਉਹਨਾਂ ਦਾ ਚੱਲ ਰਿਹਾ। ਉਹਨਾਂ ਦੇ ਇਲਾਜ ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਬੰਦੇ ਨੂੰ ਪਤਾ ਨਹੀਂ ਹੁੰਦਾ ਕਿੰਨਾ ਖਰਚਾ ਜਾਣਾ। ਹਾਂਜੀ ਹਾਂਜੀ ਹਾਂਜੀ, ਤਾਂ ਇਨਸਾਨ ਜਦੋਂ ਗਰੀਬ ਹੁੰਦਾ ਆ ਉੱਪਰੋਂ ਇੰਡੀ ਵੱਡੀ ਬਿਮਾਰੀ ਪੈ ਜਾਵੇ ਤਾਂ ਉਸ ਘਰ ਦੇ ਹਾਲਾਤ ਕਿਹੋ ਜਿਹੇ ਤੁਸੀਂ ਆਪਣੇ ਆਪ ਹੀ ਸੋਚ ਸਕਦੇ ਹੋ। ਬਹੁਤ ਹੀ ਤਰਸਯੋਗ ਹਾਲਾਤ ਉਹਨਾਂ ਦੇ ਹੈਗੇ ਆ। ਤਾਂ ਉਸ ਦੇ ਬਾਰੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੈਜੈਂਟਰ ਆਸ਼ਦੀਪ ਜੀ ਜਿਹੜੇ ਪੂਰੀ ਜਾਣਕਾਰੀ ਸਾਰੇ ਸੰਗਤਾਂ ਨਾਲ ਸਾਂਝੀ ਕਰਦੇ ਰਹਿੰਦੇ ਆ। ਅਤੇ ਵੀਰ ਜੀ ਦੇਖੋ, ਇਹ ਵੀ ਬਹੁਤ ਪਰਮਾਤਮਾ ਨੇ ਇੱਕ ਬਹਾਨਾ ਬਣਾਉਂਦਾ ਕਈ ਵਾਰੀ ਵੀ ਕਿਹਦੇ ਹੱਥੋਂ ਕਿਹੜਾ ਭਲਾ ਕਰਵਾਉਣਾ ਹੈ। ਹਾਂਜੀ, ਇਸੇ ਕਰਕੇ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਹੈ ਕਿ ਨਾਨਕ ਤੁਰਦੇ ਕੋ ਤੁਰਦਾ ਮਿਲੇ ਜੀ, ਉੜਦੇ ਕੋ ਉੜਦਾ, ਅਤੇ ਆਖਰ ਦੀ ਤੁਕ ਦੇ ਵਿੱਚ ਕਹਿੰਦੇ ਆ ਨਾਨਕ ਸੇ ਸਲਾਹੀ ਹੈ ਜਿਸ ਕਾਰਨ ਕੀ ਆ। ਜਿਹੜੇ ਆਪਾਂ ਭੈਣ ਭਰਾ ਮਿਲਦੇ ਹਾਂ ਉਸ ਵਿੱਚ ਦੀ ਜਾਂ ਕੋਈ ਹੈਲਪ ਕਿਸੇ ਦੀ ਕਰਦਾ ਉਹ ਕਾਰਨ ਬਣਦਾ, ਜਿਵੇਂ ਆਪਾਂ ਦੋਨੇ ਭੈਣ ਭਰਾ ਕਾਰਨ ਹੈ ਵਿੱਚ, ਉਹ ਸੰਗਤ ਦਾ ਹੀ ਪੈਸਾ, ਅਸੀਂ ਸੰਗਤ ਨੂੰ ਗਾਂ ਪਹੁੰਚਾ ਰਹੇ ਹਾਂ, ਅਸੀਂ ਤਾਂ ਇੱਕ ਕਾਰਨ ਹੈ, ਅਸੀਂ ਤਾਂ ਸਾਨੂੰ ਗੁਰੂ ਨੇ ਇਹ ਜਿਹੜੀ ਜੋਬ ਬਖਸ਼ੀ ਹੈ ਤੇ ਅਸੀਂ ਉਹ ਖੁਸ਼ੀ ਖੁਸ਼ੀ ਨਿਭਾ ਰਹੇ ਹਾਂ। ਜਿਵੇਂ ਕਿ ਸਾਡੇ ਦੂਸਰੀ ਸੰਗਤ ਜਿਹੜੀ ਹੈ ਉਹ ਦਾਨ ਕਰ ਰਹੀ ਹੈ, ਆਪਦੀ ਦਸਮਾਂ ਦਾ ਸੌਂਦ ਕੱਢ ਰਹੀ ਹੈ। ਬਿਲਕੁਲ, ਕਈ ਵਾਰ ਇਸ ਤਰ੍ਹਾਂ ਹੁੰਦਾ, ਇੱਕ ਸੰਤ ਮਹਾਂਪੁਰਸ਼ ਕਹਿੰਦੇ ਸੀ ਵੀ ਜਦੋਂ ਤੁਹਾਡੇ ਤੇ ਕੋਈ ਪਰਮਾਤਮਾ ਕਿਰਪਾ ਕਰਦਾ ਆ ਇੱਕ ਬਹਾਨਾ ਬਣਾਉਂਦੇ ਵੀ ਤੁਹਾਡੇ ਕੋਲ ਉਹ ਸੇਵਾ ਲੈਂਦਾ ਹੈ। ਲੈਂਦਾ ਹੈ, ਹਾਂਜੀ, ਉਹ ਦਿੰਦਾ ਹੀ ਇਸ ਕਰਕੇ ਹੈ। ਹਾਂਜੀ, ਅਸੀਂ ਸਮਝਦੇ ਹਾਂ ਕਿ ਇਹ ਮੇਰੀ ਹੈ। ਹਾਂਜੀ, ਕਈ ਦਫਾ ਉਹ ਤੁਹਾਨੂੰ ਦਿੰਦਾ ਹੈ ਕਿ ਗਾਂ ਦੇਣ ਵਾਸਤੇ, ਵੰਡਣ ਵਾਸਤੇ, ਪਰ ਜਦੋਂ ਤੁਸੀਂ ਸਮਝ ਲੈਂਦੇ ਹੈ ਇਹ ਮੇਰਾ ਹੈ ਤਾਂ ਉਦੋਂ ਜਿਹੜੀ ਉਹਦੀ ਬਖਸ਼ਿਸ਼ ਹੈ ਉਹ ਖਤਮ ਹੋ ਜਾਂਦੀ ਹੈ, ਕਿਉਂਕਿ ਮਾਲਕ ਨੇ ਤੁਹਾਨੂੰ ਹੀ ਚੁਣਿਆ ਹੁੰਦਾ ਹੈ, ਤੁਹਾਡੇ ਕੋਲੋਂ ਉਹ ਸੇਵਾ ਲੈਂਦਾ ਹੈ, ਕਾਰਨ ਬਣਾਉਂਦਾ ਹੈ, ਕਾਰਨ ਬਣਾਉਂਦਾ। ਬਿਲਕੁਲ, ਤੇ ਇਸ ਤਰ੍ਹਾਂ ਕਰਕੇ ਜਿਹੜੇ ਸਾਡੇ ਦਰਸ਼ਕ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕਿਰਤ ਕਮਾਇ ਚੋਂ ਬੇਅੰਤ ਮਾਇਆ ਭੇਜ ਕੇ ਇਹਨਾਂ ਸਾਰੇ ਮਰੀਜ਼ਾਂ ਦਾ ਇਲਾਜ ਕਰਵਾ ਰਹੇ ਨੇ। ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ। ਜਿਨ੍ਹਾਂ ਖਜ਼ਾਨਿਆਂ ਵਿੱਚ ਇਹ ਮਾਇਆ ਆਉਂਦੀ ਉਹਨਾਂ ਵਿੱਚ ਕਦੇ ਵੀ ਤੋੜ ਨਾ ਆਵੇ, ਤਾਂ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਵੀ ਤੁਸੀਂ ਇਸ ਤਰ੍ਹਾਂ ਗਰੀਬ ਦੀ ਬਾਂਹ ਫੜੋ ਤਾਂ ਜੋ ਆਉਣ ਵਾਲੇ ਸਮੇਂ ਤੁਹਾਡੀਆਂ ਜਿਹੜੀ ਪੁਸ਼ਤਾਂ ਹੁੰਦੀਆਂ, ਕਿਉਂਕਿ ਵੀਰ ਜੀ ਜਦੋਂ ਇੱਕ ਸਿਆਣਾ ਬੀਜ ਬੀਜਦਾ ਆ ਤਾਂ ਉਹਦੇ ਪੋਤੇ ਪੜੋਤੇ ਗਾਹਾਂ ਤੋਂ ਗਾਹਾਂ ਸਾਰੇ ਨੱਤੇ ਹੈ ਨਾ ਉਸ ਕੀਤੇ ਹੋਏ ਦਾਨ ਨੂੰ ਖਾਂਦੇ ਆ। ਹਾਂਜੀ, ਇਹ ਦੇਖੋ ਨਾ, ਇਹਦਾ ਇੱਕ ਹੈ ਵੀ ਜੇ ਤੁਸੀਂ ਆਪਾਂ ਅੱਜ ਫਰੂਟ ਵਾਲਾ ਦਰਖਤ ਬੀਜਦੇ ਹਾਂ, ਅਸੀਂ ਆਉਣ ਵਾਲੀ ਜਨਰੇਸ਼ਨ ਵਾਸਤੇ ਬੀਜਦੇ ਹਾਂ, ਹੋ ਸਕਦਾ ਅਸੀਂ ਫਲ ਖਾਈਏ ਨਾ ਖਾਈਏ, ਪਰ ਸਾਡੀ ਆਉਣ ਵਾਲੀ ਜਨਰੇਸ਼ਨ ਜ਼ਰੂਰ ਖਾਊਗੀ। ਇਵੇਂ ਜਿਹੜਾ ਤੁਹਾਡਾ ਦਾਨ ਪੁੰਨ ਕੀਤਾ ਹੈ, ਜੇ ਤੁਹਾਡੀ ਲਾਈਫ 'ਚ ਤੁਹਾਨੂੰ ਨਹੀਂ ਉਹਦਾ ਰਿਵਾਰਡ ਤਾਂ ਆਉਣ ਵਾਲੀ ਜਨਰੇਸ਼ਨ ਨੂੰ ਮਿਲੂ, ਜਿਹਨਾਂ ਵਾਸਤੇ ਅਸੀਂ ਇਹ ਕਰ ਰਹੇ ਹਾਂ ਸਾਰਾ ਕੁਛ। ਬਿਲਕੁਲ, ਜਿਵੇਂ ਘਰ ਬਾਰ ਬਣਾ ਰਹੇ ਹਾਂ ਉਹ ਸੰਸਾਰੀ ਹੈ, ਇਹ ਜਿਹੜਾ ਅਸੀਂ ਪੁੰਨ ਦਾਨ ਕਰਦੇ ਹਾਂ ਉਹ ਨਿਰੰਕਾਰੀ ਹੈ, ਉਹ ਅਸੀਂ ਜਿਹੜਾ ਬੀਜ ਬੀਜਦੇ ਹਾਂ ਅਕਾਲ ਪੁਰਖੂ ਆਉਣ ਵਾਲੀ ਸਾਡੀ ਜਨਰੇਸ਼ਨ ਦੀ ਦੇਖਭਾਲ ਕਰੂਗਾ। ਹਾਂਜੀ, ਕਿਉਂਕਿ ਜਦੋਂ ਆਪਾਂ ਕਮਾਈਆਂ ਵੀ ਕਰਦੇ ਹਾਂ, ਕਈ ਵਾਰੀ ਇਨਸਾਨ ਕੋਲ ਘਰ ਵੀ ਹੁੰਦਾ ਆ, ਪੈਸੇ ਵੀ ਬੈਂਕ ਦੇ ਵਿੱਚ ਹੁੰਦੇ ਆ, ਪਰ ਫਿਰ ਆਪਾਂ ਹੋਰ ਵੀ ਕਮਾਈਆਂ ਕਰਦੇ ਹਾਂ ਕਿ ਸਾਡੇ ਜਿਹੜੇ ਆਉਣ ਵਾਲੇ ਬੱਚੇ ਆ ਉਹ ਖਾ ਸਕਦੇ ਆ, ਉਹਨਾਂ ਵਾਸਤੇ ਆਪਾਂ ਇਹ ਸੋਚਦੇ ਹਾਂ। ਸੋ ਇਸੇ ਕਰਕੇ ਜਿਹੜੇ ਆਪਾਂ ਚੰਗੇ ਪਾਸੇ ਪੈਸਾ ਲਗਾਉਂਦੇ ਹਾਂ ਇਹ ਆਪਾਂ ਆਪਣੇ ਬੱਚਿਆਂ ਵਾਸਤੇ ਲਗਾ ਰਹੇ ਨੇ, ਉਹਨਾਂ ਲਈ ਚੰਗਾ ਇੱਕ ਬੀਜ ਬੀਜ ਰਹੇ ਹਾਂ, ਇਹ ਚੰਗਾ ਬਹੁਤ ਬੀਜ ਆ ਜਦੋਂ ਆਪਾਂ ਕਿਸੇ ਗਰੀਬ ਦੀ ਕਿਸੇ ਲੋੜਵੰਦ ਦੀ ਲੋੜ ਨੂੰ ਆਪਾਂ ਪੂਰਾ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੈਜੈਂਟਰ ਆਸ਼ਦੀਪ ਜੀ ਹੁਣੀ ਕੀ ਕਹਿਣਾ ਚਾਹੁੰਦੇ ਆ, ਜੋ ਅਪਡੇਟ ਦੇਣਾ ਚਾਹੁੰਦੇ ਆ ਉਹ ਆਪਾਂ ਸੰਗਤਾਂ ਦੇ ਨਾਲ ਸਾਂਝੀ ਕਰਦੇ ਹਾਂ ਜੀ। ਸੰਗਤ ਏਡ ਮੈਡੀਕਲ ਫੰਡ ਦੇ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੰਗਤ ਜੀ, ਤੁਹਾਡੇ ਸਹਿਯੋਗ ਦੇ ਨਾਲ ਜਿਹੜਾ ਬੱਚੀ ਸੰਤੋਸ਼ ਕੌਰ ਤਰਨ ਤਾਰਨ ਤੋਂ ਰਹਿਣ ਵਾਲੇ ਜਿਹੜੇ ਡੇਂਗੂ ਦੇ ਨਾਲ ਅਤੇ ਬ੍ਰੇਨ ਹੈਮਰਿੰਗ ਦੇ ਨਾਲ ਪੀੜਿਤ ਜਿਹੜੇ ਉਹ ਇੱਥੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹੋਸਪਿਟਲ ਪਹੁੰਚੇ ਸੀ ਅਤੇ ਤੁਹਾਡੇ ਸਹਿਯੋਗ ਦੇ ਨਾਲ
एक महीने तो वध समा उन्होंने हो गया कि वो इत्थे सरवाइव कर रहे हैं, जिहड़ा ट्रीटमेंट है वो लैण दे एबल होए आ फाइनैंशियली, तुसीं उन्हां दी हैल्प की ते उन्हां दा इन्ना लम्मा ट्रीटमेंट चलिया ते अज जो जो इंप्रूवमेंट्स ने उन्होंने कीतियां ने उन्दे बारे थोनूं दसांगे, नाल ही डॉक्टर साहब नाल मिलावांगे, डॉक्टर साहब ही दसणगे कि शुरू तो लैके हुण तक की इंप्रूवमेंट्स इन्हां दे विच बच्ची दे विच आईआं ने ते अगे की प्रोसैस जिहड़ा उह चलेगा। डॉक्टर साहब सति श्री अकाल जी। सति श्री अकाल जी। ये बच्ची साडे कोल डेंगू फीवर दी चीफ कंप्लेंट दे नाल आई सी विद एक्यूट फीवराइल इलनेस दे नाल। जदों ये बच्ची साडे कोल आई एक महीना पहला उदों ये चंगी तरह मूवमेंट भी नहीं सी कर सकती, गल भी नहीं सी कर सकती, बिल्कुल खांदी पींदी नहीं सी कुछ। हुण जिवें कि तुसीं देख सकते हो पानी पींदी है थोड़ा वगैरह, असीं इहनूं लिक्विड वगैरह दिंदे आ, हुण असीं इहनूं लिक्विड डाइट ते लाया होया, जे थोड़ा वगैरह खिचड़ी वगैरह खाएगी ते फिर इहनूं असीं अज डिस्चार्ज कर देंगे छेती तों छेती। जी बहुत बहुत धन्यवाद डॉक्टर साहब। ते संगत जी बहुत ही खुशी होंदी है तुहानूं दस्सण लग्गिआं कि जदों तुसीं अपणे किरत कमाई दे विचों दसवंध दे रूप दे विच किसे नूं हैल्प दिंदे हो ते जदों उठ के खाण दे या गल समझण दे स्टेज बाय स्टेज जदों इंप्रूव हुंदा ते बहुत ही खुशी हुंदी है ते संगत नाल भी बहुत प्यार आउंदा। बहुत शुक्रगुजार हाँ असीं सारी ही संगत दे, जिन्नी भी संगत जुड़ी हुई है संगत एड मैडिकल फंड दे नाल। ते जिहड़ा बच्ची दा हुण तक टोटल जिहड़ा अमाउंट बन चुकिया उह 3.5 to 4 lakh दे अंदर अंदर जिहड़ा बच्ची दा खर्चा जिहड़ा आ चुकिया हुण तक। ते अग्गे भी असीं आस करदे हां कि जो भी ट्रीटमेंट होवेगा जां अग्गे भी दवाई बच्ची दी चलेगी उह च संगत मोढे दे उत्ते हथ रख के बच्ची नूं जिहड़ा तोरेगी ते इहनां दे जे हसदे खेडदी है बच्ची अपने परिवार दे विच जावेगी ते जदों बच्ची घर जांदी है या ठीक हुंदी है तुरन दे या खाण पीण दे काबल हो जांदी उस तों बाद भी बच्ची दी सांझ तुहाडे नाल जरूर पवावांगे जी। वाहेगुरू जी का खालसा वाहेगुरू जी। गुरु प्यारी साध संगत जी, हुणे तुसीं जिहड़ी है संतोष कौर दी अपडेट देखी है, उस टाइम जे होस्पिटल च ने पर ओह वार्ड दे विच तब्दील कीते होए हन, पहलां आई सी यू दे विच सी हुण वार्ड दे विच तब्दील कीते आ, अजे भी ओह इलाज उन्हां दा हो रहा है। बिल्कुल जी। ते भैन जी बाकी टेलीफोन ते तुसीं गल करोगे? हाँ जी जरूर असीं अपडेट वह भी देवांगे। तो देखो वीर जी संगतां ने बहुत ही माया दित्ती है, तुहाडी दित्ती हुई माया नाल जिहड़ा संतोष कौर दा इह ऑपरेशन होया, ऑपरेशन काफ़ी सक्सैसफुल होया, क्योंकि जदों इंसान की धी होस्पिटल में पई हो उस माता पिता के भी हालात किहो जिहे हुंदे, सारी उम्र तुहानूं वह दुआवां देणगे, वह दित्तियां दोहियां दुआवां दिलों दी दित्ती हुई दुआ कदें विरथी नहीं जाती। सो जरूर आपां जिहड़े संतोष कौर, पता नहीं हजे किन्ना टाइम उन्हां दा होर होस्पिटल में रहना पवेगा, तो जदों असीं पिछले एपीसोड में भी दस्सिया सी कि 4,000 rupees एक रात का उत्थे खर्च हैगा आ, तो उस तो उपर दवाई का किन्ना खर्च हैगा आ जी। बाकी भैन जी जिवें तुसीं कहा कि जो धी होस्पिटल च है, वैसे भी जिहड़ियां साडियां फीलिंग्स है धी वास्ते साडियां सारियां दियां सेम ही है। बिल्कुल जी। जे स्कूल तो भी लेट हो जाए धी तां भी सानूं चिंता रहिंदी है। हां जी। आओ ते हुण भैन जी गल करनगे पिछे व्हाट्सएप ते। बिल्कुल जी, साडे अशदीप बहुत ही प्यारे बेटे जिहड़े उत्थे गल्लां बातां करदे पूरी अपडेट तुहानूं दिंदे होए, उहनां नूं असीं जिउं आ कहिंदे स्वागत करदे नाल फतेह सांझी करदे हां जी। वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह जी। हां जी, सब तो पहला तुहाडा बहुत बहुत धन्नवाद करदे हां जिहड़े तुसीं हमेशा हरेक एपीसोड दे विच अपडेट सानूं दिंदे रहिंदे हो, ते मैं पुछांगी संतोष कौर जी, हां जी संतोष कौर जी दे हालात किहो जिहे हन हुण? हेलो जी। भैन जी संतोष कौर दे जिहड़े हुण हालात ने पहलां नालों काफी बेहतर ने, हुण समझ सकदे आ गल प्रोपर, उहनां नूं पता लगदी जिवें जिवें उहनां दी मम्मी जां डैडी उहनां दे कहिंदे आ गल्लबात उह पूरी समझदे आ, ते नाल दी नाल सब तों जिहड़ी वधिया गल है कि उहनां ने खाणा वी हौली हौली हुण शुरू कर दित्ता, मूंह राहीं उह कोई ना कोई थोड़ी थोड़ी चीज़ खिचड़ी वगैरा जां कोई होर खाण दी चीज़ उहनां नूं दिंदे आ, ते उह हुण अग्गे नालों बहुत बैटर ने, हुण इंप्रूव कर रहे, बहुत फास्टली इंप्रूव कर रहे आ जी। चलो ये भी बहुत ही गुरु की कृपा है कि जिहड़ी इंप्रूवमेंट हो रही है उहने ते। ते हुण तक किन्ना क खर्च हो चुका है अशदीप उहनां दी इलाज ते? खर्चा भैन जी लगभग जिहड़ा 4 lakh दे करीब हो चुका जी हुण तक टोटल जी। हां जी, क्योंकि पहलां इह मैडिकल आईसीयू दे विच रहे सी। हां जी। ते उत्थे भी जिहड़ा कॉस्ट हुंदा काफी ज्यादा हाई हुंदा, फिर इहनां दे रूटीन बेसिस टेस्ट हुंदे आ ते खर्चा उहनां दे करके जिहड़ा वध जांदा जी। हां जी हां जी। ਤਾਂ ਇਸ ਦੇ ਨਾਲ ਆਪਾਂ ਜਿਸ ਤਰ੍ਹਾਂ ਕਹਿੰਦੇ ਵੀ ਹੁਣ ਇਸ ਤੇ ਕਾਫੀ ਖਰਚ ਹੋ ਚੁੱਕਾ, ਤਾਂ ਨਾਲ ਮੈਂ ਕਿਹਾ ਰਣਦੀਪ ਕੌਰ ਦਾ ਵੀ ਆਪਰੇਸ਼ਨ ਹੋ ਚੁੱਕਾ ਆ ਹਨਾ?
जी बिल्कुल बिल्कुल जी, रणदीप कौर दी जिहड़ी ओह सर्जरी हो चुकी है जी लक दी, हाँ जी ते हुण ओह थोड़ा कहिंदे आ कि मैं मिलिया सी उहनां नूं ते ओह कह रहे आ कि मैनूं हुण थोड़ा पता लगदा है, थोड़ा जदों जोर पाउंदे आ लत्तां दे उत्ते थोड़ा थोड़ा उहनां नूं हिल जुल फील करदे आ, जद कि पहिलां उहनां दीआं लत्तां बिल्कुल डेड सी, हाँ जी हाँ जी बिल्कुल ही ओह हिला नहीं सी सकदे जां उहनां नूं दर्द नहीं सी हुंदी, हुण उहनां नूं थोड़ी थोड़ी दर्द वी फील हुंदी लत्तां दे कई वार, हाँ जी ते ਉਹਨਾਂ ਦੀ ਵੀ ਆਉਣ ਵਾਲੇ ਦਿਨ ਦੇ ਵਿੱਚ ਅਪਡੇਟ ਜਿਹੜੀ ਸੰਗਤ ਦੇ ਅੱਗੇ ਰੱਖਾਂਗੇ, ਥੋੜੇ ਦਿਨਾਂ ਦੇ ਵਿੱਚ ਸੰਗਤ ਨਾਲ ਉਹਨਾਂ ਨੂੰ ਰੂਬਰੂ ਕਰਾਵਾਂਗੇ, ਬਾਕੀ ਉਹਨਾਂ ਦੇ ਜਿਹੜੇ ਆ ਰੋਡ ਪਈ ਏ, ਉਹਨਾਂ ਦੀ ਸਰਜਰੀ ਹੋਈ ਏ ਸਪਾਈਨ ਦੀ, ਹਾਂਜੀ ਰੀੜ ਦੀ ਹੱਡੀ ਦੀ ਸਰਜਰੀ ਹੋਈ ਉਹਨਾਂ ਦੀ ਜੀ, ਤੇ ਹੁਣ ਕਾਫੀ ਜ਼ਿਆਦਾ ਇੰਪਰੂਵਮੈਂਟ ਏ ਉਹਨਾਂ ਦੀ ਅੱਗੇ ਨਾਲੋਂ, ਹੁਣ ਵਧੀਆ ਖਾਂਦੇ ਪੀਂਦੇ ਵਧੀਆ ਡਾਇਟ ਲੈ ਰਹੇ ਆ, ਇੱਥੇ ਫਿਲਹਾਲ ਹੋਸਪਿਟਲ ਦੇ ਵਿੱਚ ਹੀ ਨੇ ਉਹ ਜੀ, ਤੇ ਉਹਨਾਂ ਦੇ ਜਿਹੜੇ ਚੂਲਿਆਂ ਦੇ ਉੱਤੇ ਨਾ ਕਾਫੀ 3 ਤੋਂ 4 ਇੰਚ ਡੂੰਘੇ ਜ਼ਖਮ ਬਣ ਗਏ ਬੈੱਡ ਸੋਲ ਦੇ ਕਾਰਨ, ਓ ਵਾਹਿਗੁਰੂ ਜੀ, ਹਾਂ 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 ਜੀ, ਬੈੱਡ ਸੋਲ ਉਹਨਾਂ ਨੂੰ ਲੰਮੇ 3 ਸਾਲ ਲਗਾਤਾਰ ਰਹੇ ਮੰਜੇ ਦੇ ਉੱਤੇ ਘਰ ਚ, ਤੇ ਘਰੇ ਤਾਂ ਆਪਾਂ ਨੂੰ ਪਤਾ ਵੀ ਗਰੀਬੀ ਕਾਰਨ ਕੋਈ ਗੱਦੇ ਜਾਂ ਹੋਰ ਪ੍ਰੋਪਰ ਜੋ ਵੀ ਥੱਲੇ ਇੱਕ ਹੁੰਦੇ ਆ ਹਵਾ ਵਾਲੇ ਹੁੰਦੇ ਗੱਦੇ ਸਪੈਸ਼ਲੀ, ਜਿਹੜਾ ਬੰਦਾ ਬੈੱਡ ਦੇ ਉੱਤੇ ਪਿਆ ਉਹਦੇ ਵਾਸਤੇ, ਪਰ ਉਹ ਅਫੋਰਡ ਨਹੀਂ ਸੀ ਕਰ ਸਕਦੇ, ਹਾਂਜੀ ਹਾਂਜੀ, ਤੇ ਜਿਹਦੇ ਕਰਕੇ ਉਹਨਾਂ ਦੇ ਜਿਹੜੇ ਦੋਵੇਂ ਜਿਹੜੇ ਚੂਲੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਦੋਵੇਂ ਬਿਲਕੁਲ ਗਲੇ ਪਏ ਆ, ਵਾਹਿਗੁਰੂ, ਤੇ ਉਹਨਾਂ ਦੀ ਵੀ ਸਰਜਰੀ ਕਰਨੀ ਪਈ, ਉਹਨਾਂ ਦੀ ਵੀ ਜਿਹੜਾ ਪੱਟ ਦੇ ਉੱਤੋਂ ਮਾਸ ਲਾ ਕੇ ਉਹਨਾਂ ਦੇ ਬੈਕ ਸਾਈਡ ਤੇ ਜਿਹੜਾ ਲਾਇਆ, ਹਾਂਜੀ ਹਾਂਜੀ, ਤੇ ਕਿਉਂਕਿ ਜਿਹੜੀ ਜੇ ਵੈਸੇ ਇਹ ਕੰਮ ਨਾ ਕਰਦੇ ਚੂਲਿਆਂ ਦੀ ਸਰਜਰੀ ਨਾ ਹੁੰਦੀ ਤਾਂ ਉਹ 2 ਸਾਲ ਉਹਨਾਂ ਦਾ ਬੈੱਡ ਸੋਲ, ਡਾਕਟਰ ਸਾਹਿਬ ਨੇ ਕਿਹਾ ਸੀ ਕਿ 1.5 ਤੋਂ 2 ਸਾਲ ਲੱਗਣਗੇ ਨੈਚੁਰਲੀ ਠੀਕ ਹੋਣ ਦੇ ਵਿੱਚ, ਉਹ ਵੀ ਜੇ ਆਪਾਂ ਰੂਟੀਨ ਦੇ ਵਿੱਚ ਪੱਟੀਆਂ ਕਰਦੇ ਆ ਦਵਾਈ ਦਿੰਦੇ, ਪਰ ਜੇ ਉਹ ਘਰੇ ਚਲੇ ਜਾਂਦੇ ਤੇ ਰੂਟੀਨ ਦੇ ਵਿੱਚ ਉਹ ਪੱਟੀ ਨਹੀਂ ਕਰਵਾ ਸਕਦੇ ਪਿੰਡ ਦੇ ਵਿੱਚ, ਦੇਖੋ ਵੀ ਸਾਡੇ ਵੀਰ ਜੀ ਹੁਣ ਵੀ ਤੁਹਾਨੂੰ ਕੁਝ ਪੁੱਛਣਾ ਚਾਹੁੰਦੇ ਆ, ਹਾਂਜੀ ਹਾਂਜੀ, ਬਾਕੀ ਜਿਵੇਂ ਤੁਸੀਂ ਦੱਸਿਆ ਵੀ ਯਾਨੀ ਕਿ ਵੀ ਉਹਨਾਂ ਦੇ ਦੂਸਰੀ ਵੀ ਸਰਜਰੀ ਹੋਈ ਹੈ, ਤੇ ਉਹ ਕਿੰਨੇ ਕੁ ਚਿਰ ਦੇ ਉਹਦੇ ਤੇ ਕਿੰਨਾ ਕੁ ਕੋਸਟ ਆਊਗੀ ਜਾਂ ਕਿੰਨਾ ਕੁ ਚਿਰ ਲੱਗੂਗਾ ਹੀਲ ਹੋਣ ਨੂੰ? ਕੋਸਟ ਲਗਭਗ ਭਾਈ ਸਾਹਿਬ ਜੀ ਜਿਹੜੀ ਹੁਣ ਤੱਕ ਰਣਦੀਪ ਕੌਰ ਦੇ ਉੱਤੇ ਕੋਸਟ ਆ ਚੁੱਕੀ ਉਹ 2.5 ਤੋਂ 3 ਲੱਖ ਦੇ ਵਿੱਚ ਵਿੱਚ ਜਿਹੜੀ ਕੋਸਟ ਟੋਟਲ ਬਣ ਚੁੱਕੀ ਹੁਣ ਤੱਕ। ਠੀਕ ਹੈ ਜੀ, ਹਾਂਜੀ ਹਾਂਜੀ ਜੀ, ਕਿਉਂਕਿ ਉਹਨਾਂ ਦੀ ਸਰਜਰੀ 2 ਸਰਜਰੀਆਂ ਹੋਈਆਂ, 1 ਲੱਕ ਦੀ ਹੋਈ ਹੈ ਜੀ, ਤੇ 1 ਜਿਹੜਾ ਬੈੱਡ ਸੋਲ ਦਾ, ਤੁਹਾਨੂੰ ਦੱਸਿਆ ਬੈੱਡ ਸੋਲ ਵੀ ਆਪਣੇ ਆਪ 'ਚ ਇੱਕ ਬਿਮਾਰੀ ਦਾ ਰੂਪ ਧਾਰਨ ਕਰ ਚੁੱਕਾ ਹੈ, ਹਾਂਜੀ ਜ਼ਖਮ ਹੋ ਜਾਂਦੇ ਆ, ਵਾਹਿਗੁਰੂ ਜੀ, ਦੇਖੋ ਉਹਨਾਂ ਦੀ ਜਿਹੜੀ ਸਰਜਰੀ ਮਾਸ ਪੱਟ ਦਾ ਲਾ ਕੇ ਲਾਇਆ ਤਾਂ ਕਰਕੇ ਵੀ ਖਰਚਾ ਜਿਹੜਾ ਥੋੜਾ ਵੱਧ ਗਿਆ ਜੀ। ਹਾਂਜੀ ਹਾਂਜੀ, ਦੇਖੋ ਗਰੀਬ ਆ, ਗਰੀਬ ਦੇ ਉੱਪਰ ਇੰਨਾ ਇਲਾਜ ਉਹਨਾਂ ਕੋਲ ਵਿਚਾਰਿਆਂ ਨੇ ਕਿੱਥੋਂ ਕਰਵਾ ਲੈਣਾ ਸੀਗਾ, ਹਨਾ, ਇਹ ਤਾਂ ਜੀ 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 3 ਸਾਲਾਂ ਤੋਂ ਦੇਖੋ ਬੈੱਡ ਤੇ ਪਏ ਸੀਗੇ, ਤਾਂ ਉਸਦੇ ਨਾਲ ਕਿੰਨੀ ਬਿਮਾਰੀ ਹੋਰ ਉਹਨਾਂ ਦੀ ਵੱਧ ਚੁੱਕੀ ਆ, ਸੋ ਇਹ ਵੀ ਬਹੁਤ ਭਲੇ ਦਾ ਕੰਮ ਕਰ ਰਿਹਾ ਸੰਗਤ ਐਡ ਜਿਹੜਾ ਆ, ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੀ ਹਾਂ ਜਿਹੜੇ ਤੁਸੀਂ ਅਪਡੇਟ ਹਮੇਸ਼ਾ ਦਿੰਦੇ ਰਹੇ ਹੋ, ਤਾਂ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਅਸੀਂ ਤੁਹਾਨੂੰ ਲਾਈਨ 'ਤੇ ਲੈ ਕੇ ਆਵਾਂਗੇ, ਤਾਂ ਜ਼ਰੂਰ ਤੁਸੀਂ ਹੋਰ ਵੀ ਉਹ ਅਪਡੇਟ ਉਹਨਾਂ ਦੀ ਦਿੰਦੇ ਰਹਿਣਾ। ਜੀ ਜੀ ਬਿਲਕੁਲ ਜੀ, ਜ਼ਰੂਰ ਜੀ, ਬਹੁਤ ਬਹੁਤ ਧੰਨਵਾਦ, ਓਕੇ ਜੀ, ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਦੇਖੋ ਇਹ ਸਾਡੇ ਬਹੁਤ ਹੀ ਪਿਆਰੇ ਜੇ, ਉਹਨਾਂ ਨੂੰ ਸਕਰੀਨ ਤੇ ਵੀ ਤੁਸੀਂ ਦੇਖਦੇ ਰਹਿੰਦੇ ਹੋ, ਭਈ ਦੇਖੋ ਹਮੇਸ਼ਾ ਉੱਥੇ ਜਾ ਕੇ ਉਹਨਾਂ ਦੀ ਸਾਰਿਆਂ ਦੀ ਲੁੱਕ ਅਪਟਰ ਵੀ ਕਰਦੇ, ਉਹਨਾਂ ਦਾ ਪਤਾ ਵੀ ਲੈਂਦੇ ਆ, ਨਾਲ ਨਾਲ ਆਪਾਂ ਨੂੰ ਵੀ ਅਪਡੇਟ ਦਿੰਦੇ ਆ, ਤਾਂ ਕਿ ਸੰਗਤ ਨੂੰ ਵੀ ਪਤਾ ਲੱਗੇ ਜੀ ਕਿ ਉਹਨਾਂ ਦਾ ਕੀ ਸਾਡਾ ਪੈਸਾ ਕਿੱਥੇ ਜਾ ਰਿਹਾ, ਕੀ ਇਲਾਜ ਕਰ ਰਹੇ ਨੇ। ਹਾਂਜੀ, ਤੇ ਇਸ ਦੇ ਨਾਲ ਇੱਕ ਹੋਰ ਰਾਜਦੀਪ ਬੇਟਾ, ਉਸ ਦਾ ਵੀ ਆਪਾਂ ਗੱਲਬਾਤ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਰਾਂਗੇ, ਤੇ ਦੇਖੋ ਉਹਨਾਂ ਦੇ ਬੋਡੀ ਦੇ ਵਿੱਚ ਵੀ ਪਾਣੀ ਭਰਦਾ ਸੀਗਾ, ਪਾਣੀ ਭਰਦਾ ਹੈ, ਹਾਂਜੀ, ਤਾਂ ਉਹਨਾਂ ਦਾ ਵੀ ਇਲਾਜ ਹੁਣ ਹੋ ਰਿਹਾ, ਹਾਂਜੀ, ਸ਼ੁਰੂ ਕੀਤੀ ਵੀ ਹੈ ਦਵਾਈ, ਹਾਂਜੀ, ਤੇ ਬਾਕੀ ਭੈਣ ਜੀ ਇੱਕ ਮੈਂ ਗੁਰੂ ਪਿਆਰੀ ਸਾਹਿਬ ਸੰਗਤ ਜੀ ਨੂੰ ਬੇਨਤੀ ਜ਼ਰੂਰ ਕਰੂੰਗਾ ਜੀ, ਵੀ ਦਾਨ ਕਰਨ ਲੱਗਿਆ ਕਦੇ ਐਂ ਨਹੀਂ ਸੋਚੀਦਾ ਵੀ ਇਹ ਪੈਸੇ ਤਾਂ ਮੈਂ ਆਪਣੇ ਆਸੇ ਰੱਖੇ ਸੀ, ਮੈਂ ਇਹਨਾਂ ਦੇ ਵਿੱਚੋਂ ਕਿਉਂ ਗਾਂ ਦੇਵਾਂ, ਵੀ ਮੇਰੇ ਆਸੇ ਹੈ, ਹਾਂਜੀ, ਜੇ ਅਸੀਂ ਕਿਸੇ ਦੀ ਹੈਲਪ ਕਰਦੇ ਹਾਂ, ਪਰਮਾਤਮਾ ਸਾਡੇ ਮਗਰ ਕੋਈ ਹੋਰ ਖੜਾ ਕਰ ਦਿੰਦਾ ਹੈ ਸਾਡੀ ਹੈਲਪ ਕਰਨ ਵਾਸਤੇ, ਕਿਉਂਕਿ ਜਿਹਦੀ ਅਸੀਂ ਹੈਲਪ ਕਰਦੇ ਹਾਂ ਉਹ ਸਾਡੀ ਨਹੀਂ ਕਰ ਸਕਦਾ, ਸਾਡੇ ਪਿੱਛੇ ਕੋਈ ਹੋਰ ਹੁੰਦਾ ਜਿਹੜਾ ਸਾਡੀ ਕਰਦਾ। ਇਵੇਂ ਮੈਨੂੰ ਯਾਦ ਆਈ ਹੈ ਇੱਕ ਜਿਹੜੀ ਸਾਖੀ ਭਗਤ ਕਬੀਰ ਜੀ ਨਾਲ ਜੁੜੀ ਹੋਈ, ਹਾਂਜੀ, ਤੇ ਭਗਤ ਕਬੀਰ ਜੀ ਦੀ ਧਰਮ ਪਤਨੀ ਜਿਹੜੀ ਸੀ, ਜਿਹਦਾ ਨਾਂ ਮਾਤਾ ਲੋਹੀ ਜੀ ਸੀ, ਹਾਂਜੀ ਹਾਂਜੀ, ਤਾਂ ਜਦੋਂ ਭਗਤ ਕਬੀਰ ਜੀ ਦੀ ਜਿਹੜੀ ਹੈ ਉਹ ਲੜਕੀ ਜਵਾਨ ਹੋਣ ਲੱਗੀ, ਤਾਂ ਉਹ ਕਹਿੰਦੀ ਵੀ ਆਪਾਂ ਇਹਦੇ ਕੱਲ੍ਹ ਨੂੰ ਹੱਥ ਪੀੜੇ ਵੀ ਕਰਨੇ ਆ, ਵੀ ਤੁਸੀਂ ਜ਼ਿਆਦਾ ਕੰਮ ਕਰੋ ਤਾਂ ਕਿ ਆਪਾਂ ਇਹਦੀ ਕਰਾਂਗੇ, ਹਾਂਜੀ, ਸ਼ਾਦੀ ਕਰਾਂਗੇ, ਕਹਿੰਦੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ, ਤੇ ਭਗਤ ਕਬੀਰ ਜੀ ਨੇ 2 ਰੇਸ਼ਮੀ
ਦਰੀਆਂ ਕਹਿ ਲੋ ਜਾਂ ਜੋ ਵੀ ਹੈ ਉਹ ਬੁਣਨੀਆਂ ਸ਼ੁਰੂ ਕਰਤੀਆਂ ਸਾਈਡ ਤੇ ਦੋ ਦੋ ਕਰਕੇ ਕਿ ਜਦੋਂ ਉਹਦੀ ਸ਼ਾਦੀ ਹੋਊਗੀ ਮੈਂ ਇਹ ਵੇਚ ਕੇ ਤੇ ਉਹ ਬਜ਼ੁਰਗ ਆਪਣੇ ਲਿਖ ਲੈਂਦੇ ਭੈਣ ਜੀ ਉਹ ਕਬੀਰ ਜੀ ਨੂੰ ਹਲਵਾਈ ਨੇ ਲਿਖਾਇਆ ਕਿਉਂਕਿ ਉਸ ਵੇਲੇ ਸੰਤ ਭਾਸ਼ਾ ਚ ਚੱਲਦੀ ਸੀ ਜਿਵੇਂ ਤੁਸੀਂ ਸੁਣਿਆ ਹੋਣਾ ਲੰਡੇ ਭਾਸ਼ਾ ਵੀ ਇੱਕ ਹੁੰਦੀ ਸੀ ਜਿਹੜੀ ਕਿ ਹਿਸਾਬ ਕਿਤਾਬ ਦੇ ਵਿੱਚ ਹੁੰਦੀ ਸੀ ਤਾਂ ਇਵੇਂ ਸੰਤ ਭਾਸ਼ਾ ਸੀ ਜਾਣੀ ਕਿ ਵੀ ਜਿਹੜੇ ਲਿਖਦੇ ਸੀ ਜਿਵੇਂ ਭਗਤ ਰਵਿਦਾਸ ਇਹ ਸਾਰੇ ਭਗਤ ਉਹ ਸੰਤ ਭਾਸ਼ਾ ਦੇ ਵਿੱਚ ਲਿਖਦੇ ਸੀ ਉਹਨਾਂ ਨੇ ਆਪਦੀ ਇਹ ਸੰਤ ਭਾਸ਼ਾ ਦੇ ਵਿੱਚ ਸਾਰੀ ਲਿਸਟ ਬਣਾ ਲਈ ਤਾਂ ਜਾਂ ਜਦੋਂ ਵੇਚ ਕੇ ਤੇ ਪੈਸੇ ਉਹਨਾਂ ਮਿਲਿਆ ਸਿੱਕੇ ਚੱਲਦੇ ਸੀ ਸਿੱਕੇ ਜਦੋਂ ਉਹਨਾਂ ਨੇ ਜੇਬ ਦੇ ਵਿੱਚ ਪਾ ਲਏ ਲੈ ਕੇ ਗਾਂਹ ਕੋਈ ਹੋਰ ਉਹਨਾਂ ਤੋਂ ਵੱਡਾ ਲੋੜਵੰਦ ਆ ਗਿਆ ਭਗਤ ਜੀ ਤੂੰ ਕਹਿੰਦੇ ਵੀ ਸਾਨੂੰ ਤਾਂ ਇਹ ਪੈਸੇ ਇੰਨੇ ਚਾਹੀਦੇ ਆ ਵੀ ਤੁਸੀਂ ਜੇ ਸਾਡੀ ਹੈਲਪ ਕਰ ਸਕਦੇ ਆ ਉਹਨਾਂ ਨੇ ਜੇਬ 'ਚ ਹੱਥ ਮਾਰਿਆ ਜੋ ਸਿੱਕੇ ਸੀਗੇ ਉਹਨਾਂ ਨੂੰ ਦੇ ਤੇ ਉਹ ਕਿਤੇ ਜਿਹੜੀ ਪਰਚੀ ਸੀ ਉਹ ਥੱਲੇ ਡਿੱਗ ਪਈ ਤੇ ਕਬੀਰ ਜੀ ਆਪਦੇ ਘਰ ਨੂੰ ਤੁਰ ਪਏ ਵੀ ਹੁਣ ਉਹ ਪਰਮਾਤਮਾ ਕਰੂ ਜੋ ਕਰੂ ਤਾਂ ਕਿਉਂਕਿ ਕਬੀਰ ਜੀ ਦੇ ਕੋਲੇ ਉਸ ਵੇਲੇ ਸ਼ਹਿਰ ਦੇ ਪਤਵੰਤ ਜਿਹੜੇ ਚੰਗੇ ਅਮੀਰ ਬੰਦੇ ਵੀ ਆਉਣੇ ਸ਼ੁਰੂ ਹੋ ਗਏ ਸੀ ਸ਼ਾਮ ਨੂੰ ਉਹਨਾਂ ਦੀ ਸੰਗਤ ਕਰਨ ਵਾਸਤੇ ਤਾਂ ਕਿਸੇ ਦੇ ਹੱਥ 'ਚ ਆ ਗਈ ਤਾਂ ਉਹਨੇ ਲਿਖਾਈ ਸਾਨੂੰ ਵੀ ਇਹ ਤਾਂ ਸੰਤ ਭਾਸ਼ਾ 'ਚ ਤਾਂ ਕਬੀਰ ਜੀ ਲਿਖ ਸਕਦੇ ਆ ਕੋਈ ਹੋਰ ਨਹੀਂ ਲਿਖ ਸਕਦਾ ਲਿਖ ਨਹੀਂ ਸਕਦਾ ਬਿਲਕੁਲ ਉਹ ਜਿੰਨਾ ਜਿੰਨਾ ਉਹ ਸਿੱਧਾ ਸੀਗਾ ਉਹਨੇ ਗੱਡਿਆਂ ਦੇ ਲੱਦਿਆ ਤੇ ਭਗਤ ਕਬੀਰ ਜੀ ਦੇ ਘਰੇ ਭੇਜਤਾ ਤੇ ਭਗਤ ਕਬੀਰ ਜੀ ਦੇ ਘਰੇ ਪਹੁੰਚੇ ਨੀ ਤੇ ਗੱਡੇ ਪਹਿਲਾਂ ਪਹੁੰਚ ਗਏ ਵਾਹਿਗੁਰੂ ਇਵੇਂ ਹੈ ਵੀ ਜੇ ਤੁਸੀਂ ਸੱਚੇ ਦਿਲੋਂ ਕਿਸੇ ਦੀ ਹੈਲਪ ਕਰਦੇ ਆ ਬਿਲਕੁਲ ਤੁਹਾਡੇ ਮਗਰ ਵੀ ਹਾਂਜੀ ਅਕਾਲ ਪੁਰਖ ਹੀ ਕਾਰਨ ਬਣਾਉਂਦਾ ਤੁਹਾਡੇ ਕੋਈ ਕੰਮ ਨੀ ਰੁਕਦਾ ਜਿਨ੍ਹਾਂ ਦੇ ਹੁਣ ਸੰਗਤ ਨੂੰ ਸੰਗਤ ਦਾ ਪੈਸਾ ਜਿਨ੍ਹਾਂ ਨੂੰ ਗਰੀਬਾਂ ਨੂੰ ਚਾਹੀਦਾ ਉਹ ਅਸੀਂ ਦਈਏ ਤਾਂ ਕਿ ਉਹਨਾਂ ਦਾ ਆਪਰੇਸ਼ਨ ਹੋਵੇ ਤੇ ਸਾਡੇ ਪਿੱਛੇ ਸਾਡਾ ਗੁਰੂ ਖੜਾ ਹੈ ਬਿਲਕੁਲ ਕਿਉਂਕਿ ਪਰਮਾਤਮਾ ਫਿਰ ਉਹਨਾਂ ਦੇ ਕਾਰਜ ਸਵਾਰਦਾ ਜਿਹੜੇ ਲੋਕਾਂ ਦੇ ਕਾਰਜ ਸਵਾਰਦੇ ਕਿਉਂਕਿ ਲੋਕਾਂ ਦੇ ਕਾਰਜ ਸਵਾਰਨ ਵਾਸਤੇ ਵੀ ਪਰਮਾਤਮਾ ਨੇ ਕਿਸੇ ਇਨਸਾਨ ਨੂੰ ਚੁਣਿਆ ਹੁੰਦਾ ਆ ਜੇ ਉਹ ਪਰਮਾਤਮਾ ਕਹੇ ਵੀ ਹਾਂ ਮੇਰੇ ਕਰਕੇ ਉਹ ਬੰਦਾ ਕਹੇ ਵੀ ਮੇਰੇ ਕਰਕੇ ਮੈਂ ਉਸਦੀ ਹੈਲਪ ਕੀਤੀ ਜਾਂ ਮੇਰੇ ਕੋਲ ਇੰਨਾ ਪੈਸਾ ਸੀ ਕਰਕੇ ਨਹੀਂ ਕਰਕੇ ਪਰਮਾਤਮਾ ਦੀ ਕਿਰਪਾ ਹੋਈ ਕਰਕੇ ਤੁਹਾਨੂੰ ਚੁਣਿਆ ਹੁਣ ਜਿਹੜੇ ਇਸ ਟਾਈਮ 'ਤੇ ਵੀ ਪ੍ਰੋਗਰਾਮ ਦੇਖ ਰਹੇ ਨੇ ਮੈਂ ਤੁਹਾਨੂੰ ਚੁਣਿਆ ਆ ਪਰਮਾਤਮਾ ਨੇ ਵੀ ਤੁਸੀਂ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਓ ਜਿਹੜੀ ਸੇਵਾ ਹੁਣ ਚੱਲ ਰਹੀ ਸੰਗਤ ਐਡ ਮੈਡੀਕਲ ਫੰਡ ਦੇ ਵਿੱਚ ਕਿਉਂਕਿ ਤੁਹਾਡੇ ਦਿੱਤੇ ਹੋਏ ਪੈਸੇ ਪਤਾ ਨਹੀਂ ਕਿੰਨਾ ਕਦੇ ਇਲਾਜ ਹੋਣੇ ਆ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਹਿੰਦੇ ਹੁੰਦੇ ਸੀਗੇ ਵੀ ਜਿਹੜਾ ਇਸ ਬੈਂਕ ਦੀ ਤਰ੍ਹਾਂ ਹੈਗਾ ਇਸ ਬੈਂਕ ਦੇ ਵਿੱਚ ਪੈਸੇ ਉਹ ਪਾਈ ਜਾਣੇ ਆ ਤਾਂ ਕਿਸੇ ਦੇ ਇਲਾਜ 'ਤੇ ਦੇਖੋ 4 ਲੱਖ ਲੱਗਾ ਕਿਸੇ ਦੇ 5 ਲੱਖ ਵੀ ਲੱਗ ਸਕਦਾ ਕਿਸੇ ਦੇ 40-50 ਹਜ਼ਾਰ ਦੇ ਨਾਲ ਵੀ ਸਰ ਸਕਦਾ ਆ ਪਰ ਉਸ ਫੰਡ ਦੇ ਵਿੱਚੋਂ ਉਹ ਪੈਸਾ ਲੈ ਕੇ ਜਾ ਸਕਦੇ ਆ ਪਰ ਤੁਸੀਂ ਨੰਬਰ ਕਮਾ ਲਓ 01213691138 ਦੀ ਫੋਨ ਕਰਕੇ ਆਪਣੀ ਮਾਇਆ ਨੂੰ ਸਫਲ ਕਰੋ ਕਿਉਂਕਿ ਜੇ ਕੀਤੀ ਹੋਈ ਆਪਾਂ ਦਸਾਂ ਨਾਹਾਂ ਦੀ ਕਿਰਤ ਕਮਾਈ ਆ ਇਸ ਦੇ ਵਿੱਚ ਆਪਣਾ ਜ਼ਰੂਰ ਦਸਵੰਧ ਕੱਢਣਾ ਚਾਹੀਦਾ ਅਤੇ ਚੰਗੇ ਪਾਸੇ ਲਗਾਉਣਾ ਚਾਹੀਦਾ ਤਾਂ ਇਸ ਦੇ ਨਾਲ ਆਪਾਂ ਗੱਲ ਕਰਦੇ ਉਹ ਬੇਟਾ ਜਿਹੜੇ ਸਰੀਰ ਦੇ ਵਿੱਚ ਪਾਣੀ ਭਰਦਾ ਸੀਗਾ ਹੈ ਨਾ ਦੇਖੋ ਛੋਟੀ ਉਮਰ ਮੈਂ ਕਿਹਾ 14-15 ਸਾਲਾਂ ਦਾ ਉਹ ਲੜਕਾ ਆ ਤਾਂ ਉਸ ਲੜਕੇ ਦੇ ਰਾਜਦੀਪ ਮੈਂ ਕਿਹਾ ਬੇਟੇ ਦਾ ਨਾਮ ਰਾਜਵੀਰ ਸਿੰਘ ਹਾਂਜੀ ਹਾਂਜੀ ਤਾਂ ਉਸ ਛੋਟੀ ਜਿਹੀ ਉਮਰ ਵਿੱਚ ਆ ਛੋਟੀ ਜਿਹੀ ਉਮਰ ਕਿੱਡਾ ਵੱਡਾ ਉਹਨੂੰ ਦੁੱਖ ਲੱਗ ਚੁੱਕਾ ਆ ਤਾਂ ਆਪਾਂ ਆਪਣੇ ਤੇ ਸੋਚੀ ਜੇ ਸਾਡੇ ਬੇਟੇ ਨੂੰ ਇਹੋ ਜਿਹਾ ਕੋਈ ਦੁੱਖ ਲੱਗਾ ਹੋਵੇ ਆਪਾਂ ਅਫੋਰਡ ਨਾ ਕਰ ਸਕਦੇ ਆਪਣੇ ਗਰੀਬੀ ਹਾਲਾਤ ਦੇ ਵਿੱਚ ਅਸੀਂ ਵੀ ਸੋਚਾਂਗੇ ਹਾਂ ਕੋਈ ਹੋਵੇ ਜਿਹੜੀ ਸਾਡੀ ਬਾਂਹ ਫੜੇ ਸੋ ਆਪਾਂ ਸਾਰੇ ਸੋਚੀਏ ਕਿਉਂਕਿ ਪਰਮਾਤਮਾ ਨੇ ਸਾਨੂੰ ਬਹੁਤ ਕੁਛ ਦਿੱਤਾ ਸਭ ਤੋਂ ਪਹਿਲਾਂ ਸਾਨੂੰ ਆਪਣੀ ਤੰਦਰੁਸਤੀ ਦਿੱਤੀ ਆ ਦੂਸਰਾ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਆਏ ਆਪਾਂ ਕਮਾ ਸਕਦੇ ਕਮਾ ਕੇ ਇਨਸਾਨ ਆਪ ਵੀ ਖਾ ਸਕਦਾ ਦੂਸਰਿਆਂ ਨੂੰ ਵੀ ਖਿਲਾ ਸਕਦਾ ਆ ਹੈ ਨਾ ਉਹ ਵਿਚਾਰੇ ਇੱਕ ਤਾਂ ਗਰੀਬ ਆ ਦੂਸਰੀ ਇਹੋ ਜਿਹੇ ਜਹਿਮਤ ਉਹਨਾਂ ਦੇ ਘਰ ਵਿੱਚ ਆ ਚੁੱਕੀ ਹੈ ਸੋ ਆਪਾਂ ਜ਼ਰੂਰ ਜਿਹੜਾ ਬੇਟਾ ਹੈ ਉਸਦਾ ਇਲਾਜ ਵੀ ਆਪਾਂ ਕਰਵਾਉਣਾ ਆ ਰਲ ਮਿਲ ਕੇ ਅਤੇ ਇਲਾਜ ਕਰਵਾਉਣ ਵਾਸਤੇ ਤਾਂ ਤੁਸੀਂ ਨੰਬਰ ਕਮਾ ਸਕਦੇ ਵੀਰ ਜੀ ਹੁਣ ਨੰਬਰ ਦੱਸਣਗੇ ਗੁਰੂ ਪਿਆਰੇ ਸਾਧ ਸੰਗਤ ਜੀ ਸਾਡਾ ਟੈਲੀਫੋਨ ਨੰਬਰ ਹੈ 01213691380 ਇਸ ਟੈਲੀਫੋਨ ਰਾਹੀਂ ਤੁਸੀਂ ਸਾਨੂੰ ਆਪਦੀ ਸਹਾਇਤਾ ਭੇਜ ਸਕਦੇ ਹੋ ਅਤੇ ਨਾਲ ਸੈਕਿੰਡ ਜਿਹੜਾ ਹੈ ਉਹ ਡਾਇਰੈਕਟ ਡੈਬਿਟ ਵੀ ਕਰ ਸਕਦੇ ਹੋ ਅਤੇ ਅਸੀਂ ਜੇ ਤੁਸੀਂ ਇੱਥੇ ਨਹੀਂ ਆ ਸਕਦੇ ਤੁਸੀਂ ਨਹੀਂ ਫਾਰਮ ਭਰ ਸਕਦੇ ਜਾਂ ਨਹੀਂ ਟੈਲੀਫੋਨ ਕਰ ਸਕਦੇ ਤਾਂ ਅਸੀਂ ਜਿਹੜਾ ਕੈਸ਼ ਹੈ ਉਹ ਤੁਹਾਡੇ ਘਰ ਤੋਂ ਵੀ ਲੈ ਸਕਦੇ ਹਾਂ ਅਤੇ
हाँ जी, जिस तरह भी जी आपां देखे कि राजवीर दी क्लिप देखी सी तां उन्हां दे घर दे विच बैठे दा इलाज हो रहा है ना, दवाई वह लै रहे ने। उस तों बाद सब तो वड्डी जिहड़ी हिम्मत मारी आ संगत टैलीविजन संगत एड मैडिकल फंड वाले ने वह हैगा संतोष कौर का बहुत वड्डा ऑपरेशन होया। कल्ला संतोष कौर ने नाल राजदीप जिहड़ी बेटी आ वह भी तुसीं देखिया सी भी उसका भी इलाज होया। बहुत ही पैसा लगा इन्हां दे दोनों ऑपरेशनां ते। तुहानूं पता कि एक छोटा जिहा ऑपरेशन भी कराना होवे तो एवें 2-2.5 लाख लग जांदा है ना। तां इत्थे तां देखो किन्ने वड्डे ऑपरेशन होया। ऑपरेशनां दे मेरे ख्याल तकरीबन 8 लाख तो उपर लग गया ही होना है पाउंड रुपया। सो यह सारी संगत ने जिहड़ी माया दित्ती है उस माया दे नाल उन्हां दे इलाज हो रहे ने। तां हुण भी जिहड़े होर सब तो बड़ा इलाज होना है और आप पिछली बार भी अमरजीत सिंह उन्होंने गल की थी है ना, जिन्हों का वो एक्सीडेंट होया पहला ते 2013 च आई थिंक जी हां पहला एक्सीडेंट होया बाद च फिर उन्होंने। हाँ जी, देखो उन्होंने भी घर के हालात आप संगत जी देख ही रहे हैं। तो दूसरा एडा बड़ा उन्होंने एक्सीडेंट के नाल जड़ियाँ लत का ऑपरेशन होना आ उस एक उन्होंने एक लत एक्सीडेंट लत खराब हुई तो सैकेंडली उन्होंने अधरंग की प्रॉब्लम पै गई। हाँ जी, बाद होर भी एक बहुत वड्डी बात नसीबी जी कि उन्होंने घरवाली भी हाँ जी वह भी चढ़ाई कर गई। हाँ जी, जिहड़े कि पिछले वीक आप दस्या हाँ जी सात संगत नूं हाँ जी हाँ जी भी उन्होंने इलाज के दौरान वह भी इलाज करवाज करवा चाहिए। दोस्त ऑपरेशन हो चुके हैं पर हम तीसरा ऑपरेशन बहुत ही जल्दी होने वाला है अमरजीत सिंह जी उन्होंने। सो संगत मुड़ मुड़ के बेनती करते हैं कि तुम तीन तरह हेल्प कर सकते हो। एक डायरेक्ट डेबिट फॉर्म भर के हेल्प कर सकते हो, दूसरा तुसी लंप सम देना चाहते हो तो वह दे सकते हो, तीसरा जे किसी जिस तरह हुण सारे जिन्हां दे ऑपरेशन होए आ जां जिन्हां दे होण वाले ऑपरेशन तो तुसी उन्हां नूं अडॉप्ट कर सकते हो, उन्हां दे इलाज का खर्च तुसी आप खुद दे सकते हो। जे तुसी सारा वेरवा तुसी देखना चाहते करके जिहड़ा हॉस्पिटल भी बहुत वधिया हॉस्पिटल है ना, बहुत वधिया है। हां जी, बाबा जगतार सिंह जी दा जी ते उन्हां उत्थे नवीं सारी टेक्नोलॉजी है जी, बहुत क्वालिफाइड डॉक्टर्स ने हां जी सारे जी बिल्कुल। तो यह गुरु नानक देव सुपर स्पैशलिस्ट हॉस्पिटल जिहड़ा तरन तारण साहब दे विच हैगा, तो इत्थे सारे ऑपरेशन हो रहे ने, उन्हां दे दोनों दे ऑपरेशन हो चुके, तीजा ऑपरेशन भी उत्थे हो रहा है। तो इस दे नाल तुहाडे सहयोग की बहुत लोड़ है क्योंकि 8 लाख तो उपर मेरा ख्याल घट तो घट 8 लाख तो उपर रुपया लग चुका है। तो तुसी भी जिन्होंने हजे तक इस विच अपना योगदान नहीं पाया तो जरूर जिन्ना भी तिल फुल पाना चाहते हो तुसी पा सकते हो। जे तुसी चाहते कि थोड़े घरों माया चुकी जाए, होर भी मैं कई भैणा ने सानू पैसे दिते आ, हाँ जी हाँ जी बहुत बहुत धन्यवाद क्योंकि माया बहुत लग चुकी है। तो होर भी पता नहीं किन्ना क जिन्ना चेर बेचारे ठीक नहीं होंगे उन्ना चेर उस हॉस्पिटल ही रहना पवेगा। हाँ जी हाँ जी, तो दिहाड़ी के किन्ने किन्ने खर्च होंगे तुसी जानते हो कि एक दिहाड़ी बहुत ही पैसे लग रहे ने। सो थोड़ा सहयोग संगत टैलीविजन बहुत ही जरूरी है। तो नंबर तुसी घुमा सकते हो 0121369138 फोन कोस करके सेवा जरूर लिखवावो। तो जिहड़ियां साडियां भैणां फोन कोस करके नहीं लिखवा सकदियां चाहुंदियां बस असीं उन्हां दे घरों माया चुके तुसीं बर्मिंगम एरिया विच रह रहे हो तो जरूर यह भी एक सेवा है परमात्मा ने दित्ती हुई। तो यह भी मैं कहिंदी वीर जी देखो एक यह जिहड़ा प्रोजैक्ट करना सीगा तो मालिक की कृपा हुई है तो मालिक की कृपा नाल सानूं चुणिया गया है। चुणिया गया हां जी, ओह जिवें पहलां आपां भैन जी कह रहे हैं कि हर चीज़ का कारण बनता है जी, असीं इस चीज़ का कारण बने मैं तो उस सतगुरु अगे बड़ी खुश हैं कि मैनूं ये सेवा का मौका मिले जी बिल्कुल जी है ना। तो परमात्मा कृपा करे जेडे इन्ने बड़े ऑपरेशन खर्च हुए तो वह खर्च जरूर आप जे तुसी चाहते हो भी हाँ थोड़े वालों खर्च हो तो सानू फोन कोस करके लिखवा सकते हो दस सकते हो असी जरूर थोड़े वालों भी हाँ जिदा हुण कई भैन जी ने मैनू पैकेट जरूर लिफाफे जे दिते पैसे पाए कहिंदे ये पैसे संतोष कौर नूं दे दिओ है ना उन्होंने इलाज ते लगा दिओ। तो एक होर भी बेटे वास्ते भी उन्होंने पैसे दिते सन तो बहुत ही चंगा लगता भी हाँ साढ़े जिहड़ी दर्शक है साढ़े संगत बहुत दयालु बेनती कबूल कर दी जी जी बिल्कुल। हाँ जी करनगे संगत बड़ी
ਦਰਿਆ ਦਿਲ ਹੁੰਦੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਤਾਂ ਜ਼ਰੂਰ ਆਪਣਾ ਦਸਵੰਦ ਕੱਢੋ ਤਾਂ ਉਹ ਜਿਹੜਾ ਬੇਟਾ ਅਮਰਜੀਤ ਸਿੰਘ ਆ ਆਪਾਂ ਉਸਦਾ ਵੀ ਇਲਾਜ ਕਰਾਉਣਾ ਕਿਉਂਕਿ ਇੱਕ ਤਾਂ ਘਰੋਂ ਵਿਚਾਰੇ ਬਹੁਤ ਗਰੀਬ ਆ ਸੈਕੰਡਲੀ ਉਹਨਾਂ ਦੀ ਵਾਈਫ ਦੀ ਡੈਥ ਹੋ ਚੁੱਕੀ ਆ ਉਹ ਵੀ ਵਿਚਾਰੇ ਬਿਮਾਰੀ ਦੇ ਕਾਰਨ ਇਲਾਜ ਨਹੀਂ ਕਰਵਾ ਸਕੇ ਜੇ ਉਹਨਾਂ ਦੀ ਉਮਰ 'ਚ ਵਾਧਾ ਹੁੰਦਾ ਆਪਾਂ ਕਹਿ ਸਕਦੇ ਵੀਰ ਜੀ ਪਹਿਲਾਂ ਹੀ ਸੰਗਤ ਏਡ ਵਾਲੇ ਉਹਨਾਂ ਨੂੰ ਮਿਲ ਜਾਂਦੇ ਤਾਂ ਉਹਨਾਂ ਦਾ ਇਲਾਜ ਹੋ ਸਕਦਾ ਸੀਗਾ ਹੈ ਨਾ ਉਹਨਾਂ ਦੇ ਦੇਖਦਿਆਂ ਦੇਖਦਿਆਂ ਉਹ ਭਾਈ ਸਾਹਿਬ ਠੀਕ ਹੋ ਜਾਂਦੇ ਜੀ ਜੀ ਹਾਂਜੀ ਚਲੋ ਜੋ ਉਹ ਅਕਾਲ ਪੁਰਖ ਦੀ ਮਰਜ਼ੀ ਹੈ ਜੋ ਉਹਦਾ ਹੁਕਮ ਹੈ ਬਿਲਕੁਲ ਜੀ ਸੋ ਜ਼ਰੂਰ ਆਪਾਂ ਆਪਣਾ ਫਰਜ਼ ਪਹਿਚਾਨੀਏ ਜਿੰਨਾ ਵੀ ਹੋ ਸਕਦਾ ਆਪਾਂ ਜ਼ਰੂਰ ਇਸ ਦੇ ਵਿੱਚ ਆਪਣਾ ਯੋਗਦਾਨ ਪਾਈਏ ਤਾਂ ਜਿਨ੍ਹਾਂ ਨੇ ਯੋਗਦਾਨ ਪਾਇਆ ਉਹਨਾਂ 'ਤੇ ਮਾਲਕ ਦੀ ਬਹੁਤ ਹੀ ਕਿਰਪਾ ਹੋਈ ਆ ਕਿਉਂਕਿ ਜਦੋਂ ਇਨਸਾਨ ਦੇ ਵਿੱਚ ਰਹਿਮ ਦਿਲ ਹੁੰਦਾ ਆ ਉਹੀ ਕਿਸੇ ਦੀ ਸੇਵਾ ਕਰ ਸਕਦਾ ਉਸ ਦੇ ਵਿੱਚ ਮਨ ਨਾਲ ਜਿਸ ਨੂੰ ਪਰਮਾਤਮਾ ਨੇ ਚੁਣਨਾ ਵੀ ਹਾਂ ਇਹਦੇ ਕੋਲੋਂ ਆਹ ਸੇਵਾ ਲੈਣੀ ਆ ਤਾਂ ਤੁਹਾਨੂੰ ਚੁਣਿਆ ਆ ਤੁਸੀਂ ਬਹੁਤ ਹੀ ਸੇਵਾ ਕੀਤੀ ਆ ਤਾਂ ਜਿਹੜੇ ਹਜੇ ਤੱਕ ਸੋਚ ਹੀ ਰਹੇ ਨੇ ਸੋਚੋ ਨਾ ਕਿਉਂਕਿ ਚੰਗਾ ਕੰਮ ਕਰਨ ਵਾਸਤੇ ਕਦੇ ਸੋਚਣਾ ਨਹੀਂ ਚਾਹੀਦਾ ਕਿਉਂਕਿ ਚੰਗੇ ਕੰਮ ਕਰਨ ਦਾ ਚੰਗਾ ਹੀ ਨਤੀਜਾ ਨਿਕਲਦਾ ਸੋ ਜ਼ਰੂਰ ਜਿੰਨਾ ਵੀ ਤਿਲ ਫੁੱਲ ਆਪਾਂ ਇਸ ਸੇਵਾ ਦੇ ਵਿੱਚ ਪਾਉਣਾ ਚਾਹੁੰਦੇ ਜ਼ਰੂਰ ਪਾਉਣਾ ਚਾਹੀਦਾ ਆ ਤਾਂ ਸਭ ਤੋਂ ਵੱਡੀ ਇਹ ਗੱਲ ਹੈਗੀ ਜਿਹੜਾ ਇਹ ਹੋਸਪਿਟਲ ਆ ਬਹੁਤ ਵੱਡਾ ਹੋਸਪਿਟਲ ਹੈ ਬਹੁਤ ਚੰਗਾ ਹੋਸਪਿਟਲ ਹੈ ਤਾਂ ਅਸੀਂ ਇਸ ਨੂੰ ਚੁਣਾਉਣ ਵਾਲੇ ਜਿਹੜੇ ਸੰਤ ਬਾਬਾ ਜਗਤਾਰ ਸਿੰਘ ਜੀ ਕਿਉਂਕਿ ਜਿੱਥੇ ਸੰਤ ਮਹਾਂਪੁਰਸ਼ ਅਗਵਾਈ ਕਰਨ ਤਾਂ ਉੱਥੇ ਦੇ ਹਾਲਾਤ ਵੀ ਉਸ ਹੋਸਪਿਟਲਾਂ ਦੇ ਚੰਗੇ ਹੀ ਹੁੰਦੇ ਆ ਚੰਗੇ ਹੀ ਹੁੰਦੇ ਹਾਂਜੀ ਹਾਂਜੀ ਕਿਉਂਕਿ ਉਹ ਚੰਗੇ ਹੱਥਾਂ ਦੇ ਵਿੱਚ ਹੁੰਦਾ ਹੈ ਜੀ ਬਿਲਕੁਲ ਕਿਉਂਕਿ ਉਹ ਕਿਹੜਾ ਕੋਈ ਸਿਆਸੀ ਲੀਡਰ ਨੇ ਹਾਂਜੀ ਜਿਨ੍ਹਾਂ ਨੇ ਆਪਣੀਆਂ ਵੋਟਾਂ ਦੇ ਖਰਚ ਕਰਨਾ ਉਹਨਾਂ ਨੇ ਤਾਂ ਸੰਗਤ ਦਾ ਪੈਸਾ ਸੰਗਤ ਦੇ ਮਹਾਂਪੁਰਸ਼ਾਂ ਨੇ ਲਾਉਣਾ ਹੈ ਉਹ ਕੋਈ ਰਾਜਨੀਤਿਕ ਨਹੀਂ ਉਹ ਤਾਂ ਇੱਕ ਗੁਰੂ ਦੇ ਚੁਣੇ ਹੋਏ ਨੁਮਾਇੰਦੇ ਨੇ ਬਾਬਾ ਜਗਤਾਰ ਸਿੰਘ ਜੀ 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 ਹਾਂਜੀ ਤਾਂ ਸੋ ਅਸੀਂ ਮੁੜ ਮੁੜ ਕੇ ਇਹੀ ਬੇਨਤੀ ਕਰਦੇ ਹਾਂ ਸਾਰੇ ਸੰਗਤਾਂ ਨੂੰ ਜਿਹੜੀ ਇਸ ਟਾਈਮ 'ਤੇ ਪ੍ਰੋਗਰਾਮ ਦੇਖ ਰਹੇ ਨੇ ਹੁਣ ਅਮਰਜੀਤ ਦੋ ਆਪਰੇਸ਼ਨ ਹੋ ਚੁੱਕੇ ਆ ਕਾਫੀ ਵੱਡੇ ਵੱਡੇ ਆਪਰੇਸ਼ਨ ਹੋਏ ਹਨ ਜਿਨ੍ਹਾਂ ਦਾ ਕਾਫੀ ਖਰਚਾ ਵੀ ਹੋ ਚੁੱਕਾ ਆ ਅਤੇ ਖਰਚੇ ਦਾ ਤੁਸੀਂ ਸਾਰਿਆਂ ਨੂੰ ਬਹੁਤ ਹੀ ਰਲ ਮਿਲ ਕੇ ਸਾਰਾ ਸਾਥ ਦਿੱਤਾ ਤਾਂ ਹੁਣ ਜਿਹੜਾ ਅਮਰਜੀਤ ਸਿੰਘ ਆ ਆਪਾਂ ਉਸਦਾ ਵੀ ਇਲਾਜ ਕਰਾਉਣਾ ਉਸਦਾ ਵੀ ਆਪਰੇਸ਼ਨ ਕਰਨਾ ਪਤਾ ਨਹੀਂ ਕਿੰਨਾ ਕੁ ਖਰਚ ਉਹਨਾਂ ਦੇ ਵੀ ਆਪਰੇਸ਼ਨ 'ਤੇ ਆ ਸਕਦਾ ਆ ਪਰ ਆਪਾਂ ਸੰਗਤ ਜੀ ਤੁਹਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ ਤੁਸੀਂ ਕਰ ਸਕਦੇ ਹੋ ਕਿਉਂਕਿ ਪਰਮਾਤਮਾ ਨੇ ਤੁਹਾਨੂੰ ਬਹੁਤ ਕੁਛ ਦਿੱਤਾ ਆ ਆਪਾਂ ਇਹਨਾਂ ਮੁਲਕਾਂ ਵਿੱਚ ਆਏ ਹਾਂ ਦੂਸਰੀ ਆਪਾਂ ਨੂੰ ਪਰਮਾਤਮਾ ਨੇ ਤੰਦਰੁਸਤੀ ਬਖਸ਼ੀ ਆ ਸੋ ਆਪਾਂ ਰਲ ਮਿਲ ਕੇ ਇਹਨਾਂ ਦਾ ਵੀ ਆਪਰੇਸ਼ਨ ਕਰਾਉਣਾ ਆ ਤਾਂ ਤੁਸੀਂ ਮਾਇਆ ਦੇਣ ਵਾਸਤੇ 0121-3698 'ਤੇ ਫੋਨ ਪੋਸਟ ਕਰਕੇ ਜ਼ਰੂਰ ਇਸ ਵਿੱਚ ਆਪਣਾ ਯੋਗਦਾਨ ਪਾਵੋ ਆਪਾਂ ਉਹਨਾਂ ਦੀਆਂ ਵੀ ਅਸੀਸਾਂ ਲੈਣੀਆਂ ਜਿਸ ਤਰ੍ਹਾਂ ਹੁਣ ਬੇਟੀ ਵੀਰ ਜੀ ਦੇਖੋ ਜਿਸ ਦੇ ਆਪਰੇਸ਼ਨ ਹੋ ਗਿਆ ਹੈ ਨਾ ਦੋਨਾਂ ਬੇਟੀਆਂ ਦਾ ਆਪਾਂ ਕਹਿ ਸਕਦੇ ਹਾਂ ਜਿਸ ਤਰ੍ਹਾਂ ਆਪਾਂ ਪਿਛਲੀ ਵਾਰੀ ਗੱਲਬਾਤ ਕਰ ਸੀ ਉਹਨੇ ਮੰਮੀ ਜੀ ਨੇ ਵੀ ਇਹੀ ਗੱਲ ਕੀਤਾ ਵੀ ਮੇਰੀ ਬੇਟੀ ਠੀਕ ਹੀ ਹੋ ਜਾਊਗੀ ਫਿਰ ਮੈਂ ਸੋਚਾਂਗੀ ਇਸ ਦੇ ਹੱਥ ਪੀੜੇ ਕਰਨ ਵਾਸਤੇ ਹੱਥ ਪੀੜੇ ਕਰਨ ਦੇ ਵੀ ਆਪਦੇ ਘਰੇ ਜਾਊਗੀ ਦੇਖੋ ਮਾਵਾਂ ਨੂੰ ਤਾਂ ਇਹੀ ਆਸਾਂ ਉਮੀਦਾਂ ਹੁੰਦੀਆਂ ਸਤਿਗੁਰ ਅੱਗੇ ਹਾਂਜੀ ਤੇ ਉਹਨਾਂ ਦੀ ਜਿਹੜੀ ਹੈਲਪ ਕਰਨੀ ਹੈ ਸਾਡੀ ਸੰਗਤ ਨੇ ਕਰਨੀ ਹੈ ਸੰਗਤ ਦੇ ਵਿੱਚ ਹੀ ਪਰਮਾਤਮਾ ਵਸਦਾ ਬਿਲਕੁਲ ਜੀ ਬਿਲਕੁਲ ਹਾਂਜੀ ਉਹ ਸਭ ਕੁਛ ਹੋ ਜੂ ਸੰਗਤ ਬੜੀ ਦਿਆਲੂ ਆ ਅੱਗੇ ਵੀ ਬਹੁਤ ਸੰਗਤ ਨੇ ਸੇਵਾ ਕੀਤੀ ਹੈ ਇਵੇਂ ਹੀ ਤੁਸੀਂ ਗੁਰੂ ਪਿਆਰੀ ਸਾਹਿਬ ਸੰਗਤ ਜੀ ਉਹ ਸੇਵਾ ਕਰਦੇ ਰਹੋ ਤੇ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ ਹਾਂਜੀ ਬਿਲਕੁਲ ਕਿਉਂਕਿ ਜਿਹੜਾ ਹੁਣ ਸੰਤੋਸ਼ ਕੋਰਿਆ ਹੁਣ ਉਹਨਾਂ ਦਾ ਐਡਾ ਵੱਡਾ ਆਪਰੇਸ਼ਨ ਹੋਇਆ ਦੂਸਰੀ ਬੇਟੀ ਦਾ ਐਡਾ ਵੱਡਾ ਆਪਰੇਸ਼ਨ ਹੋਇਆ ਤਾਂ ਸਾਰੀ ਉਮਰ ਉਹ ਤੁਹਾਨੂੰ ਅਸੀਸਾਂ ਦੇਣਗੇ ਜਿਨ੍ਹਾਂ ਦੀ ਮਾਇਆ ਦੇ ਨਾਲ ਉਹ ਆਪਰੇਸ਼ਨ ਹੋਇਆ ਆ ਤਾਂ ਦਿੱਤੀ ਹੋਈ ਮਾਇਆ ਕਦੇ ਵਿਅਰਥ ਹੀ ਨਹੀਂ ਜਾਂਦੀ ਉਸ ਦੇ ਵਿੱਚ ਤੁਹਾਨੂੰ ਜੋ ਖੁਸ਼ੀਆਂ ਪਰਿਵਾਰ ਦੇ ਵਿੱਚ ਮਿਲਣੀਆਂ ਜੋ ਤੁਹਾਡੀ ਕਮਾਈਆਂ ਵਿੱਚ ਬਰਕਤਾਂ ਪੈਣੀਆਂ ਕਈ ਵਾਰੀ ਜਿਸ ਤਰ੍ਹਾਂ ਆਪਾਂ ਕੋਈ ਫਰੂਟ ਦਾ ਵੀਰ ਜੀ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕੋਈ ਆਪਾਂ ਦਰਖਤ ਬੀਜਦੇ ਹਾਂ ਕਿਸੇ ਫਰੂਟ ਨੂੰ ਲੱਗਣ ਵਾਸਤੇ ਦਰਖਤ ਨੂੰ 5 ਸਾਲ ਲੱਗ ਜਾਂਦੇ ਕਿਸੇ ਨੂੰ 2 ਸਾਲ ਬਾਅਦ ਵੀ ਤੁਸੀਂ ਹੈ ਨਾ ਆਉਣ ਵਾਲੀ ਜਨਰੇਸ਼ਨ ਵਾਸਤੇ ਲਾਉਣੇ ਆ ਜੀ ਜੀ ਸਾਡੇ ਬੱਚੇ ਹੋਣਗੇ ਪੋਤੇ ਹੋਣਗੇ ਪੋਤੀਆਂ ਹੋਣਗੀਆਂ ਉਹ ਖਾਣੀਆਂ ਇਹ ਵੀ ਇੱਕ ਅਸੀਂ ਬੀਜ ਬੋ ਰਹੇ ਹਾਂ ਜੀ ਜਿਹੜਾ ਅਸੀਂ ਦਾਨ ਪੁੰਨ ਕਰ ਰਹੇ ਹਾਂ ਨਾ ਆਉਣ ਵਾਲੀ ਜਨਰੇਸ਼ਨ ਵਾਸਤੇ ਹਾਂਜੀ ਤਾਂ ਕਿ ਗੁਰੂ ਉਹਨਾਂ ਦੇ ਸਿਰ ਤੇ ਹੱਥ ਰੱਖੂਗਾ ਹਾਂਜੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਕਈ ਵਾਰੀ ਜਦੋਂ ਕੋਈ ਇਨਸਾਨ ਦਾਨ ਪੁੰਨ ਕਰਦਾ ਉਸਦਾ ਫਲ ਬਹੁਤ ਜਲਦੀ ਮਿਲ ਜਾਂਦਾ ਕਈ ਵਾਰੀ ਤੁਹਾਨੂੰ ਸ਼ਾਇਦ ਸਾਲ ਵੇਟ ਕਰਨੀ ਜਾਂ 5 ਸਾਲ ਵੇਟ ਕਰਨੀ ਪਵੇ ਹੈ ਨਾ ਪਰ ਪਰਮਾਤਮਾ ਕਹਿੰਦੇ ਉਹ ਤਾਂ ਵੱਡਾ ਦਾਤਾ ਤਿਲ ਨਾ ਤਮਾਏ ਇੱਕ ਤਿਲ ਜਿੰਨੀ ਵੀ ਉਹ ਕਿਸੇ ਦੀ ਦਿੱਤੀ ਹੋਈ ਦਾਤ ਨਹੀਂ ਰੱਖਦਾ ਕਿਉਂਕਿ ਕਿੰਨੇ ਗੁਣਾ ਹੋ ਕੇ ਤੁਹਾਨੂੰ ਉਹ ਮਿਲਣੀ ਆ ਇਹ ਤਾਂ ਮਾਲਕ ਆਪ ਹੀ ਜਾਣਦਾ ਆ ਸੋ ਜ਼ਰੂਰ ਆਪਾਂ ਕੋਸ਼ਿਸ਼ ਕਰੀਏ ਚੰਗੇ ਪਾਸੇ ਪੈਸਾ ਲਗਾਈਏ ਤਾਂ ਨੰਬਰ ਹੈਗਾ 0121-3698-0 'ਤੇ ਆਪਾਂ ਫੋਨ ਕੋਲ ਕਰਕੇ ਤਾਂ ਦੂਸਰਾ ਹੈਗਾ ਜਿਹੜਾ ਆਪਾਂ ਬੇਟਾ ਅਮਰਜੀਤ ਸਿੰਘ ਆ ਜਿਨ੍ਹਾਂ ਦੇ ਵਿਚਾਰੇ ਇੱਕ ਤਾਂ ਘਰ ਦੇ ਵਿੱਚ ਗਰੀਬੀ ਆ ਦੂਸਰਾ ਘਰ ਦੇ ਹਾਲਾਤ ਤੁਸੀਂ ਦੇਖੇ ਕਿ ਉਹਨਾਂ ਦੀ ਵਾਈਫ ਦੀ ਵਿਚਾਰੀ ਦੀ ਵੀ ਡੈਥ ਹੋ ਚੁੱਕੀ ਆ ਤਾਂ ਸੱਚੀ ਜਦੋਂ ਕਈ ਵਾਰੀ ਹੁੰਦੇ ਦੁੱਖ ਆਉਂਦੇ ਤਾਂ ਇਕੱਠੀ ਆ ਜਾਂਦੇ ਆ ਪਰ ਆਪਾਂ ਜ਼ਰੂਰ ਇਨਸਾਨੀਅਤ ਹੋਣ ਦੇ ਨਾਤੇ ਉਹਨਾਂ ਦਾ ਹੈਲਪ ਕਰੀਏ ਉਹਨਾਂ ਦੀ ਬਾਂਹ ਫੜੀਏ ਹਾਂਜੀ ਅਤੇ ਬਾਕੀ ਸਾਡੇ ਜਿਹੜੇ ਸਿੱਖਿਜ਼ਮ ਦੇ ਵਿੱਚ ਜਿਹੜਾ ਦਾਨ ਪੁੰਨ ਹੈ ਉਹ ਤਾਂ ਸਾਡੇ
ਜੀਨਸ ਦੇ ਵਿੱਚ ਹੀ ਹੈ। ਤੁਹਾਨੂੰ ਯਾਦ ਹੋਣਾ ਜਦੋਂ ਆਪਣੇ ਬਜ਼ੁਰਗ ਪਿੱਛੇ ਖੇਤੀ ਕਰਦੇ ਸੀ, ਜਦੋਂ ਹਾੜੀ ਵੱਢਦੇ ਸੀ, ਕੋਈ ਵੀ ਕਰਦੇ ਸੀ, ਉਹ ਗਰੀਬ ਬੰਦਿਆਂ ਵਾਸਤੇ ਇੱਕ ਕੈਰਾ ਹੀ ਛੱਡ ਦਿੰਦੇ ਸੀ ਵੱਢਦੇ ਵੱਢਦੇ, ਕਿ ਇਹ ਤੁਸੀਂ ਭਾਈ ਇਹਨੂੰ ਹੱਥ ਨਹੀਂ ਲਾਉਣਾ, ਇਹ ਜਿਹੜਾ ਕੋਈ ਗਰੀਬ ਆਊਗਾ ਉਹ ਇਹਨੂੰ ਵੱਢ ਕੇ ਲੈ ਜਾਊਗਾ। ਜੇ ਆਪਾਂ ਛੱਲੀਆਂ ਰੱਖੀਏ ਤਾਂ ਉਹ ਜ਼ਰੂਰ ਕੁਛ ਨਾ ਕੁਛ ਵਿੱਚੋਂ ਦਾਨ ਪੁੰਨ ਖੇਤ ਦੇ ਵਿੱਚੋਂ ਹੀ ਕਰਨਾ ਸ਼ੁਰੂ ਕਰ ਦਿੰਦੇ ਸੀ, ਘਰ ਆ ਕੇ ਤਾਂ ਕਰਨਾ ਹੀ ਹੈ। ਤੇ ਸਾਡੇ ਕੋਲ ਤਾਂ ਮਾਇਆ ਹੈ, ਬੈਂਕਾਂ ਦੇ ਵਿੱਚ ਹੈ, ਤੇ ਅਸੀਂ ਤਾਂ ਸਾਨੂੰ ਤਾਂ ਬਹੁਤ ਸੌਖਾ ਹੈ ਜੀ, ਗੁਰੂ ਨੇ ਦਿੱਤਾ ਹੋਇਆ ਸਾਰਾ ਕੁਛ। ਬਿਲਕੁਲ ਬਿਲਕੁਲ, ਉੱਥੇ ਦੇਖ ਲਓ ਸਾਡੇ ਬਜ਼ੁਰਗਾਂ ਕੋਲ ਉਹੀ ਖੇਤ ਸੀਗੇ, ਉਹਨਾਂ ਵਿੱਚੋਂ ਆਪਦਾ ਟੱਬਰ ਵੀ ਪਾਲਦੇ ਸੀ ਤੇ ਗਰੀਬ ਗੁਰਬੇ ਨੂੰ ਵੀ ਨਾਲ ਪਾਲਦੇ ਸੀ। ਬਿਲਕੁਲ, ਹੈ ਨਾ, ਹੁਣ ਆਮ ਵੀ ਦੇਖਦੇ ਜਦੋਂ ਹਾੜੀ ਸੌਣੀ ਆਉਂਦੀ ਸੀ ਤਾਂ ਉਹਨਾਂ ਨੇ ਪਹਿਲਾਂ ਇੱਕ ਦੋ ਬੋਰੀਆਂ ਕਣਕ ਦੀਆਂ ਮੱਕੀ ਦੀਆਂ ਇੱਕ ਪਾਸੇ ਰੱਖ ਲੈਂਦੇ ਸੀ, ਰੱਖ ਲੈਣੀਆਂ ਵੀ ਇਹ ਭਾਈ ਇਹ ਜਿਹੜਾ ਕੋਈ ਆਊਗਾ ਜਾਊਗਾ ਉਹਦੇ ਵਾਸਤੇ। ਮੈਨੂੰ ਯਾਦ ਹੈ ਵੀ ਜਦੋਂ ਆਪਣੀਆਂ ਮਾਵਾਂ ਖੇਤ ਰੋਟੀ ਭੇਜਦੀਆਂ ਸੀ ਜੀ ਜੀ, ਜੇ ਚਾਰ ਬੰਦੇ ਕੰਮ ਕਰਦੇ ਆ ਉਹਨਾਂ ਨੇ ਪੰਜਾਂ ਛੇਆਂ ਦੀਆਂ ਭੇਜਣੀਆਂ ਵੀ ਕੋਈ ਰਾਹੀ ਤੁਰਿਆ ਜਾਂਦਾ ਰੋਟੀ ਖਾਂਦਿਆਂ ਨੂੰ ਦੇਖ ਕੇ ਆ ਕੇ ਬਹਿ ਜਾਂਦਾ। ਬਿਲਕੁਲ, ਕਿਉਂਕਿ ਸਾਡੇ ਭੈਣ ਜੀ ਸਾਡੇ ਸਿੱਖਿਜ਼ਮ ਦੇ ਖੂਨ 'ਚ ਹੈ, ਕਿਉਂਕਿ ਇਹ ਜਿਹੜੀ ਰੀਤ ਹੈ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਈ ਹੈ, ਤਾਂ ਹੀ ਆਪਾਂ ਕਹਿੰਦੇ ਕਿ ਉਹਨਾਂ ਦੇ 20 ਰੁਪਈਏ ਚਲਾਏ ਅਸੀਂ ਅੱਜ ਹਰ ਕਿਹੜਾ ਉਹ ਮੁਲਕ ਹੈ ਜਿੱਥੇ ਬਾਬਾ ਨਾਨਕ ਦਾ ਘਰ ਨਹੀਂ ਹੈ। ਹਾਂਜੀ ਬਿਲਕੁਲ, ਹਰ ਮੁਲਕ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਦੇਖੋ ਕਿੱਡੇ ਕਿੱਡੇ ਇਹ ਸੰਗਤ ਦੀ ਮਿਹਰਬਾਨੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਸਾਨੂੰ ਹਾਂਜੀ ਇਹ ਉਪਦੇਸ਼ ਸਾਨੂੰ ਗੁਰੂਆਂ ਸਾਹਿਬਾਂ ਨੇ ਸਾਨੂੰ ਸਿਖਾਇਆ। ਈਵਨ ਸਾਡੇ ਬਜ਼ੁਰਗ ਵੀ ਸਾਨੂੰ ਕਹਿੰਦੇ ਹੁੰਦੇ ਸਨ ਵੀ ਜਦੋਂ ਆਪਾਂ ਕੋਈ ਮਿਹਨਤ ਕਰਦੇ ਹਾਂ, ਕਮਾਈ ਕਰਦੇ, ਉਸ ਦੇ ਵਿੱਚ ਥੋੜ੍ਹਾ ਬਹੁਤਾ ਜ਼ਰੂਰ ਰੱਖਣਾ ਚਾਹੀਦਾ ਉਹਨਾਂ ਵਾਸਤੇ, ਜਿਹੜੀ ਜਿੱਦਾਂ ਆਪਾਂ ਕਹਿੰਦੇ ਕਿ ਜਿਹੜੀ ਗੁਰੂ ਦੀ ਗੋਲਕ ਹੈ ਗਰੀਬ ਦਾ ਮੂੰਹ ਆ, ਤਾਂ ਇਹ ਵੀ ਗਰੀਬ ਹੈ ਵਿਚਾਰੇ ਜਿਹੜੇ ਇਸ ਟਾਈਮ 'ਤੇ ਆਪਾਂ ਵੱਲ ਦੇਖ ਰਹੇ ਨੇ ਵੀ ਹਾਂ ਬਹੁਤ ਔਖਾ ਹੋ ਕੇ ਉਹਨਾਂ ਵਿਚਾਰੇ ਨੇ ਆਪਣਾ ਪਹਿਲਾਂ ਟਾਈਮ ਪਾਸ ਕੀਤਾ, ਪਰ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਹਾਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਹੈਗੀਆਂ। ਜਿਸ ਤਰ੍ਹਾਂ ਅਮਰਜੀਤ ਸਿੰਘ ਜੀ ਹੁਣਾਂ ਦਾ ਹੁਣ ਆਪਰੇਸ਼ਨ ਹੋਣਾ ਆ, ਉਹ ਆਪਰੇਸ਼ਨ ਵੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਾਉਣਾ ਆ, ਤਾਂ ਤੁਸੀਂ ਜਮਾਇਆ ਦਾ ਯੋਗਦਾਨ ਪਾਉਣ ਵਾਸਤੇ ਨੰਬਰ ਕਮਾਓ 0121369130 'ਤੇ, ਤਾਂ ਫਿਰ ਕਹਿੰਦੇ ਜਦੋਂ ਕਹਿੰਦੇ ਵੀ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਹਾਂਜੀ ਬਿਲਕੁਲ, ਜੇ ਤੁਸੀਂ ਤੁਹਾਡੀ ਚੰਗੀ ਸੋਚ ਹੈ ਨਾ, ਚੰਗੇ ਕਰਮ ਹੈ, ਉਹ ਤੁਹਾਨੂੰ ਚੰਗਾ ਹੀ ਮਿਲਣਾ। ਹਾਂਜੀ ਹਾਂਜੀ, ਤੇ ਜੇ ਜਿਵੇਂ ਜੇ ਭਗਤ ਫਰੀਦ ਜੀ ਕਹਿੰਦੇ ਹਨ ਵੀ ਜੇ ਤੂੰ ਅਕਲ ਲਤੀਫ ਹੈ ਤੇ ਕਾਲੇ ਲਿਖਣਾ ਲੇਖ, ਉਹਨਾਂ ਦਾ ਭਾਵ ਇਹ ਕਹਿਣ ਦਾ ਕਿ ਜੇ ਤੂੰ ਆਪਦੇ ਆਪ ਨੂੰ ਇੰਨਾ ਅਕਲਮੰਦ ਸਮਝਦਾ ਹੈ ਤੇ ਫਿਰ ਤੂੰ ਉੱਚੀ ਸੋਚ ਰੱਖ। ਹਾਂਜੀ, ਆਪਣੇ ਹੀ ਗਰੀਬਾਂ ਕਰ ਦੇਖ। ਹਾਂਜੀ ਹਾਂਜੀ, ਜੇ ਤੂੰ ਭਲਾ ਕਰੇਗਾ ਤੈਨੂੰ ਭਲਾ ਮਿਲੂਗਾ, ਜੇ ਤੂੰ ਬੁਰੇ ਕੰਮ ਕਰੇਗਾ ਤਾਂ ਬੁਰਾ ਮਿਲੂ। ਵੀ ਤੂੰ ਤਾਂ ਪਹਿਲਾਂ ਹੀ ਅੰਦਰ ਤੇਰਾ ਜਿਹੜਾ ਹੈ ਬੁਰਾਈ ਭਰੀ ਵੀ ਹੈ, ਤੂੰ ਹੋਰ ਕਿਉਂ ਬੁਰਾਈ ਲੈਣਾ, ਕਿਉਂ ਨੀ ਤੂੰ ਚੰਗਿਆਈ ਸੋਚਦਾ। ਹਾਂਜੀ ਬਿਲਕੁਲ, ਕਿਉਂਕਿ ਜੇ ਤੂੰ ਕਹਿੰਦੇ ਅਕਲ ਵਾਲਾ ਤਾਂ ਆਪਣੇ ਚੰਗੇ ਲੇਖ ਲਿਖ ਲਾ, ਹਨਾ, ਕਹਿੰਦੇ ਕਿਸੇ ਨੂੰ ਮਾੜਾ ਕਹਿਣ ਨਾਲੋਂ ਪਹਿਲਾਂ ਤੁਸੀਂ ਆਪਣੀ ਬੁੱਕਲ ਦੇ ਵਿੱਚ ਅੰਦਰੋਂ ਝਾਤੀ ਮਾਰੋ ਵੀ ਤੁਹਾਡੇ ਤੁਸੀਂ ਆਪ ਕਿੰਨੇ ਗੁਣਾਂ ਦੇ ਮਾਲਕ ਹੋ, ਹਨਾ। ਸੋ ਜ਼ਰੂਰ ਆਪਾਂ ਉਹਨਾਂ ਦੀ ਬਾਂਹ ਫੜੀਏ, ਚੰਗੇ ਲੇਖ ਲਿਖੀਏ, ਚੰਗੇ ਲੇਖ ਲਿਖੇ ਤਾਂ ਉਸ ਦਰਗਾਹ ਦੇ ਵਿੱਚ ਵੀ ਤੁਹਾਡੀ ਉਪਮਾ ਹੋਏਗੀ, ਮੁੱਖ ਉੱਜਲ ਹੁੰਦੇ ਆ, ਹਨਾ। ਹਾਂਜੀ, ਜਿਹੜੇ ਚੰਗੇ ਕਰਮ ਕਰਦੇ ਆ ਸਰ ਉਹਨਾਂ ਦੇ ਮੁੱਖ ਉੱਜਲ ਹੁੰਦੇ ਆ, ਤਾਂ ਲੋਕ ਪਰਲੋਕ ਦੇ ਵਿੱਚ ਵੀ ਪਰਮਾਤਮਾ ਆਪ ਸਹਾਈ ਹੁੰਦਾ ਜਦੋਂ ਆਪਾਂ ਚੰਗੇ ਕਰਮ ਕਰਦੇ ਹਾਂ। ਜਿਵੇਂ ਕਿ ਸਲੋਕ ਆਇਆ ਜਪਜੀ ਸਾਹਿਬ ਦਾ ਹੀਰ ਤੇ ਜਾ ਕੇ, ਕਿ ਜਿੰਨੀ ਨਾਮ ਤੇ ਆਇਆ ਗਏ ਮਸਤ ਘਾਲ, ਨਾਨਕ ਕੇ ਮੁਖ ਉੱਜਲੇ ਕੇਤੀ ਛੁੱਟੀ ਨਾਲ। ਜਿਹੜੇ ਚੰਗੇ ਕੰਮ ਕਰਦੇ ਉਹ ਆਪਦਾ ਜੀਵਨ ਸਫਲ ਕਰ ਲੈਂਦੇ ਆ, ਕੇਤੀ ਛੁੱਟੀ ਨਾਲ ਭਾਵ ਉਹ ਨਾਲ ਦੇ ਨੂੰ ਵੀ ਪਰਿਵਾਰ ਨੂੰ ਵੀ ਨਾਲ ਤਰ ਲੈਂਦੇ ਆ। ਜਿਵੇਂ ਲੱਕੜ ਦੇ ਨਾਲ ਲੋਹਾ ਤਰ ਜਾਂਦਾ ਹੈ, ਇਵੇਂ ਜਿਹੜੀ ਆਉਣ ਵਾਲੀ ਉਹਨਾਂ ਦੀ ਪੀੜ੍ਹੀ ਹੈ, ਪੀੜ੍ਹੀਆਂ ਜਿਹੜੀਆਂ ਉਹ ਵੀ ਨਾਲ ਤਰ ਜਾਂਦੀਆਂ ਉਹਨਾਂ ਦਾ ਦਿੱਤੇ ਹੋਏ ਦੇ ਨਾਲ। ਬਿਲਕੁਲ, ਬਹੁਤਿਆਂ ਨੂੰ ਉਹ ਤਾਰ ਦਿੰਦੇ ਆ ਜਿਹੜੇ ਆਪ ਨਾਮ ਜਪਦੇ ਆ, ਦਾਨ ਪੁੰਨ ਕਰਦੇ ਆ, ਪਰਮਾਤਮਾ ਨੂੰ ਯਾਦ ਕਰਦੇ ਆ। ਸੋ ਜ਼ਰੂਰ ਆਪਾਂ ਵੀ ਇਹੋ ਜਿਹੇ ਆਪਣੇ ਖਿਆਲ ਬਣਾਈਏ, ਦਾਨ ਪੁਰ ਕਰੀਏ, ਕਿਸੇ ਗਰੀਬ ਦੀ ਆਪਾਂ ਵਾਂ ਫੜੀਏ। ਹੁਣ ਇਹ ਗਰੀਬ ਆ ਵਿਚਾਰੇ, ਦੂਸਰਾ ਉੱਪਰੋਂ ਇਹਨਾਂ ਨੂੰ ਰੋਗ ਇੰਨਾ ਵੱਡੇ ਵੱਡੇ ਆ ਚੁੱਕੇ ਆ। ਸੋ ਆਪਾਂ ਜਿਸ ਤਰ੍ਹਾਂ ਸੰਤੋਸ਼ ਕੌਰ ਦੀ ਆਪਾਂ ਗੱਲਬਾਤ ਕਰ ਲੈਂਦੇ, ਕਹਿੰਦੇ ਉਹਨਾਂ ਨੂੰ ਹੋਸਪਿਟਲ 'ਚ ਵਾਪਸ ਜਾ ਰਹੇ ਸਨ, ਜਦ ਤੱਕ ਸੰਗਤ ਜਿਹੜੇ ਐਡ ਵਾਲੇ ਉੱਥੇ ਪਹੁੰਚ ਗਏ, ਉਹਨਾਂ ਨੇ ਦੇਖਿਆ ਵੀ ਹਾਂ ਲੜਕੀ ਬਿਨਾਂ ਇਲਾਜ ਤੋਂ ਜਾ ਰਹੀ ਹੈ। ਅਫੋਰਡ ਕਰਨਾ ਵੀ ਬਹੁਤ ਮੁਸ਼ਕਲ ਆ, ਜਦੋਂ ਗਰੀਬ ਪਰਿਵਾਰ ਹੁੰਦਾ ਤਾਂ ਉਹਨਾਂ ਨੇ ਕਿੱਥੋਂ ਇੰਨਾ ਪੈਸਾ ਲਗਾ ਲੈਣਾ ਸੀ, ਜਿਹੜਾ ਹਜੇ ਤੱਕ ਲੱਗ ਰਿਹਾ ਹੋਸਪਿਟਲ ਦੇ ਵਿੱਚ ਹੀ ਉਹ ਲੜਕੀ। ਸੋ ਪਤਾ ਨਹੀਂ ਕਿੰਨਾ ਕੁ ਪੈਸਾ ਹੋਰ ਲੱਗ ਜਾਣਾ, ਪਰ ਗੁਰੂ ਜੀ ਨੇ ਬਹੁਤ ਬਖਸ਼ਿਸ਼ ਕੀਤੀ ਇਸ ਲੜਕੀ 'ਤੇ, ਕਿਉਂਕਿ ਉਹ ਧੀਆਂ ਤਾਂ ਸਾਰੀਆਂ ਦੀਆਂ ਸਾਂਝੀਆਂ ਹੁੰਦੀਆਂ ਆ। ਸੋ ਆਪਾਂ ਇਹਨਾਂ ਧੀਆਂ ਨੂੰ ਆਪਣੀਆਂ ਧੀਆਂ ਸਮਝ ਕੇ ਸੋਚੀਏ ਵੀ ਹਾਂ ਆਪਾਂ ਵੀ ਸੋਚਣਾ ਸੀ ਕੋਈ ਸਾਡੀ ਬਾਂਹ ਫੜਨ ਵਾਲਾ ਹੋਵੇ। ਸੋ ਆਪਾਂ ਜ਼ਰੂਰ ਕੋਸ਼ਿਸ਼ ਕਰੀਏ, ਜਿੰਨਾ ਵੀ ਤਿਲ ਫੁੱਲ ਆਪਾਂ ਦੇ ਸਕਦੇ ਜ਼ਰੂਰ ਇਹਨਾਂ ਨੂੰ ਦੇਣਾ ਚਾਹੀਦਾ, ਇਹਨਾਂ ਦਾ ਇਲਾਜ ਕਰਵਾਉਣਾ ਚਾਹੀਦਾ ਆ, ਕਿਉਂਕਿ ਤੁਹਾਡੀ ਦਿੱਤੀ ਹੋਈ ਮਾਇਆ ਜਿਹੜੀ ਪਹਿਣੀ ਪਹਿਣੀ ਉੱਥੇ ਲੱਗਣੀਆਂ, ਅਤੇ ਫਿਰ ਜ਼ਰੂਰ ਆਪਾਂ ਤੁਸੀਂ ਭਰੋਸਾ ਕਰ ਸਕਦੇ ਹੋ ਇਸ ਹੋਸਪਿਟਲ 'ਤੇ,
ਤਾਂ ਸੰਗਤ ਐਡ ਜਿਹੜਾ ਮੈਡੀਕਲ ਫੰਡ ਵਾਲਿਆਂ ਤੇ ਭਰੋਸਾ ਕਰਕੇ ਤਾਂ ਸਾਰੇ ਇੰਨੇ ਇਸ ਟਾਈਮ ਤੇ ਸਹਿਯੋਗ ਦੇ ਰਹੇ ਨੇ ਟਰਸਟ ਆਈ ਸਾਰਾ ਹਾਂਜੀ ਹਾਂਜੀ ਟਰਸਟ ਬਹੁਤ ਵੱਡੀ ਗੱਲ ਹੈ ਆਪਣੇ ਕੋਲ ਮਾਇਆ ਆਈ ਆਪਾਂ ਅਗਾਹ ਭੇਜੀ ਤਾਂ ਹੀ ਉਹ ਖਰਚ ਹੋਇਆ ਹਾਂਜੀ हाँ जेड़ा इन्ना वड़े ऑपरेशन हुए है इन्ना खर्च होया गां नु भी आई असी करदे रहना यानी कि हाँ जी ते संगतां नु एक बारी फिर दस दें कि दो ऑपरेशन बहुत बड़े दो ऑपरेशन हो चुके हैं संतोष कौर दा अते रणदीप कौर जी दा तां जिन्हां दे ऑपरेशनां ते बहुत ही पैसा खर्च आ चुका है तां हुण जेड़ा तीसरा ऑपरेशन है वह भी कोई वड्डी गल नहीं तुहाडे सारिआं वास्ते तुहाडे सहयोग की बहुत लोड़ है करके उस ऑपरेशन ते किन्ना पैसा लगना यह असी अंदाजा नहीं लगा सकते क्योंकि जो एक छोटा जिहा भी आपां ऑपरेशन कर दो चार लाख रुपया खुल जाता है सो ये तो बहुत बड़े ऑपरेशन होया थोड़े सहयोग के नाल ही होया तो तुम जिहड़ा हॉस्पिटल है उन्होंने बहुत धन्यवाद कर दिया जिहड़े इन्ने चंगे चंगे हॉस्पिटल है कितना प्यार दे नाल बोलदे आ हां जी हां जी फिर अप टू डेट टेक्नोलॉजी है सारिया मशीन नवी है नवा नवी बिल्डिंग है हर तरह की उत्थे सहूलत है जी बिल्कुल डॉक्टर बहुत काबिलियत है हां जी सारे जी नु हां जी ते सानू भी कोई जानदे सी उस हॉस्पिटल विच गए सी वह भी दस दे कि भाई इन्नी तलीम दे नाल बोलदे आ इन्ने नाइसले उत्थे सारे डॉक्टर हैगे बहुत ही पढ़े लिखे हैगे आ तां जिहड़ा स्टाफ उहनां दा स्टाफ है सारे बहुत चंगा आ हां जी ते गुरु उहनां ते भी मेहर करे जिहड़े ਜਾਣੀ ਕਿ ਵੀ ਡਾਕਟਰ ਹੈ ਡਾਕਟਰ ਵੀ ਇੱਕ ਦੂਸਰਾ ਰੱਬ ਹੈ ਹਾਂਜੀ ਕਿਉਂਕਿ ਆਮ ਇਸ ਟਾਈਮ ਦੇ ਵਿੱਚ ਵੀਰ ਜੀ ਆਪਾਂ ਕਿਸੇ ਹਸਪੀਟਲ ਕਈ ਹੁੰਦੇ ਆ ਜਿਹੜੇ ਤੁਹਾਨੂੰ ਪਤਾ ਕਿੰਨਾ ਧੋਖਾ ਕਰਦੇ ਆ ਬਹੁਤ ਜ਼ਿਆਦਾ ਬਹੁਤ ਬਹੁਤ ਵੀਰਾਂ ਦਾ ਬਹੁਤ ਭੈਣਾਂ ਦਾ ਐਕਸਪੀਰੀਅੰਸ ਸੁਣਾ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਇਹੋ ਜਿਹੇ ਹੋਣਗੇ ਕਿ ਜਿਨ੍ਹਾਂ ਨੇ ਵਿਚਾਰੇ ਦੇ ਇੱਕ ਤਾਂ ਬੰਦਾ ਚੱਲ ਜਾਂਦਾ ਦੂਸਰਾ ਉਹਨਾਂ ਨੂੰ ਮਸ਼ੀਨਾਂ ਨਾਲ ਗੱਲ ਕੇ ਪੈਸੇ ਇੰਨੇ ਉਹ ਲੈ ਲੈਂਦੇ ਹੱਦੋਂ ਵੱਧ ਲੈ ਲੈਂਦੇ ਆ ਸੋ ਤੁਸੀਂ ਜ਼ਰੂਰ ਜਿਹੜਾ ਬੇਟਾ ਆ ਅਮਰਜੀਤ ਸਿੰਘ ਉਸ ਦੇ ਬਾਰੇ ਤੁਸੀਂ ਫੋਨ ਕੋਸ ਕਰੋ ਤਾਂ ਜੇ ਤੁਸੀਂ ਚਾਹੁੰਦੇ ਕਿ ਡਾਇਰੈਕਟ ਡੈਬਿਟ ਫਾਰਮ ਭਰਨਾ ਚਾਹੁੰਦੇ ਹੋ ਉਹ ਵੀ ਭਰ ਸਕਦੇ ਹੋ ਜੇ ਤੁਸੀਂ ਲੰਪ ਸਮ ਚਾਹੁੰਦੇ ਕਿ ਹਾਂ ਅਸੀਂ ਇੱਕੋ ਵਾਰੀ ਇੰਨੇ ਕੁ ਪੈਸੇ ਦੇ ਦਿੰਦੇ ਹਾਂ ਉਹ ਤੁਹਾਡੀ ਆਪਣੀ ਮਰਜ਼ੀ ਆ ਜੇ ਤੁਸੀਂ ਕਿਸੇ ਨੂੰ ਅਡੋਪਟ ਕਰਨਾ ਚਾਹੁੰਦੇ ਹੋ ਜਿਸ ਤਰ੍ਹਾਂ ਹੁਣ ਇਸ ਦੇ ਆਪਰੇਸ਼ਨ 'ਤੇ ਕਾਫੀ ਖਰਚ ਆਉਣਾ ਆ ਤਾਂ ਅੱਗੇ ਕਾਫੀ ਖਰਚ ਆ ਚੁੱਕਾ ਆ ਜੇ ਦੋ ਚਾਰ ਪਰਿਵਾਰ ਫੈਮਿਲੀਆਂ ਕਈ ਵਾਰੀ ਪਰਿਵਾਰ ਦੇ ਵਿੱਚ ਰਹਿੰਦੀਆਂ ਹਨ ਤੁਸੀਂ ਰਲ ਕੇ ਉਸ ਦਾ ਆਪਰੇਸ਼ਨ ਕਰਾਉਣਾ ਚਾਹੁੰਦੇ ਹੋ ਤਾਂ ਉਹ ਵੀ ਕੀਤਾ ਜਾਏਗਾ ਤੁਸੀਂ ਸੰਗਤ ਟੈਲੀਵਿਜ਼ਨ 'ਤੇ ਫੋਨ ਕੋਰਸ ਕਰ ਸਕਦੇ ਹੋ ਅਤੇ ਨੰਬਰ 01211369 1380 ਜੀ ਜਾਂ ਤੁਸੀਂ ਡਾਇਰੈਕਟ ਡੈਬਿਟ ਭਰ ਸਕਦੇ ਹੋ ਜਾਂ ਅਸੀਂ ਵੀ ਜੇ ਤੁਸੀਂ ਬਰਮਿੰਗਮ ਦੇ ਏਰੀਏ 'ਚ ਰਹਿ ਰਹੇ ਹੋ ਟੈਲੀਫੋਨ ਕਰੋ ਅਸੀਂ ਘਰ ਤੋਂ ਆ ਕੇ ਤੁਹਾਡੀ ਸੇਵਾ ਜਿਹੜੀ ਹੈ ਉਹ ਅੱਗੇ ਭੇਜਾਂਗੇ ਜੀ ਬਿਲਕੁਲ ਜੀ ਹੁਣ ਵੀ ਜੇ ਆਪਾਂ ਅਪਡੇਟ ਜਿਹੜੀ ਕਲਿੱਪ ਆ ਆਪਾਂ ਸੰਤੋਸ਼ ਕੌਰ ਦੀ ਉਹ ਆਪਾਂ ਸੰਗਤਾਂ ਨਾਲ ਸਾਂਝੀ ਕਰਦੇ ਹਾਂ ਸਾਂਝੀ ਕਰਦੇ ਹਾਂ ਹਾਂਜੀ ਸੰਗਤ ਏਡ ਮੈਡੀਕਲ ਫੰਡ ਦੇ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਤੁਹਾਡੇ ਸਹਿਯੋਗ ਦੇ ਨਾਲ ਜਿਹੜਾ ਬੱਚੀ ਸੰਤੋਸ਼ ਕੌਰ ਤਰਨ ਤਾਰਨ ਤੋਂ ਰਹਿਣ ਵਾਲੇ ਜਿਹੜੇ ਡੇਂਗੂ ਦੇ ਨਾਲ ਅਤੇ ਬ੍ਰੇਨ ਹੈਮਰੇਜ ਦੇ ਨਾਲ ਪੀੜਤ ਜਿਹੜੇ ਉਹ ਇੱਥੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹੋਸਪਿਟਲ ਪਹੁੰਚੇ ਸੀ ਅਤੇ ਤੁਹਾਡੇ ਸਹਿਯੋਗ ਦੇ ਨਾਲ ਉਹ ਇੱਕ ਮਹੀਨੇ ਤੋਂ ਵੱਧ ਸਮਾਂ ਉਹਨਾਂ ਨੂੰ ਹੋ ਗਿਆ ਕਿ ਉਹ ਇੱਥੇ ਸਰਵਾਈਵ ਕਰ ਰਹੇ ਆ ਜਿਹੜਾ ਟ੍ਰੀਟਮੈਂਟ ਉਹ ਲੈਣ ਦੇ ਏਬਲ ਹੋਏ ਆ ਫਾਈਨੈਂਸ਼ੀਅਲੀ ਤੁਸੀਂ ਉਹਨਾਂ ਦੀ ਹੈਲਪ ਕੀਤੀ ਅਤੇ ਉਹਨਾਂ ਦਾ ਇੰਨਾ ਲੰਮਾ ਟ੍ਰੀਟਮੈਂਟ ਚੱਲਿਆ ਅਤੇ ਅੱਜ ਜੋ ਜੋ ਇੰਪਰੂਵਮੈਂਟਸ ਨੇ ਉਹਨਾਂ ਨੇ ਕੀਤੀਆਂ ਨੇ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਨਾਲ ਹੀ ਡਾਕਟਰ ਸਾਹਿਬ ਨਾਲ ਮਿਲਾਵਾਂਗੇ ਡਾਕਟਰ ਸਾਹਿਬ ਵੀ ਦੱਸਣਗੇ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ ਇੰਪਰੂਵਮੈਂਟਸ ਇਹਨਾਂ ਦੇ ਵਿੱਚ ਬੱਚੀ ਦੇ ਵਿੱਚ ਆਈਆਂ ਨੇ ਅਤੇ ਅੱਗੇ ਕੀ ਪ੍ਰੋਸੈਸ ਜਿਹੜਾ ਉਹ ਚੱਲੇਗਾ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹ ਬੱਚੀ ਸਾਡੇ ਕੋਲ ਡੇਂਗੂ ਫੀਵਰ ਦੀ ਚੀਫ ਕੰਪਲੇਂਟ ਦੇ ਨਾਲ ਆਈ ਸੀ ਵਿਦ ਅਕਿਊਟ ਫਿਬਰਾਈਲ ਇਲਨੈਸ ਦੇ ਨਾਲ ਜਦੋਂ ਇਹ ਬੱਚੀ ਸਾਡੇ ਕੋਲ ਆਈ ਇੱਕ ਮਹੀਨਾ ਪਹਿਲਾਂ ਉਦੋਂ ਇਹ ਚੰਗੀ ਤਰ੍ਹਾਂ ਮੂਵਮੈਂਟ ਵੀ ਨਹੀਂ ਸੀ ਕਰ ਸਕਦੀ ਗੱਲ ਵੀ ਨਹੀਂ ਸੀ ਕਰ ਸਕਦੀ ਬਿਲਕੁਲ ਖਾਂਦੀ ਪੀਂਦੀ ਨਹੀਂ ਸੀ ਕੁਛ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਾਣੀ ਪੀਂਦੀ ਹੈ ਥੋੜ੍ਹਾ ਵਗੈਰਾ ਅਸੀਂ ਇਹਨੂੰ ਲਿਕੁਇਡ ਵਗੈਰਾ ਦਿੰਦੇ ਹਾਂ ਹੁਣ ਅਸੀਂ ਇਹਨੂੰ ਲਿਕੁਇਡ ਡਾਇਟ 'ਤੇ ਲਾਇਆ ਹੋਇਆ ਜੇ ਥੋੜ੍ਹਾ ਖਿਚੜੀ ਵਗੈਰਾ ਖਾਏਗੀ ਤਾਂ ਫਿਰ ਇਹਨੂੰ ਅਸੀਂ ਅੱਜ ਡਿਸਚਾਰਜ ਕਰ ਦਾਂਗੇ ਛੇਤੀ ਤੋਂ ਛੇਤੀ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਅਤੇ ਸੰਗਤ ਜੀ ਬਹੁਤ ਹੀ ਖੁਸ਼ੀ ਹੁੰਦੀ ਹੈ ਤੁਹਾਨੂੰ ਦੱਸਣ ਲੱਗਿਆਂ ਕਿ ਜਦੋਂ ਤੁਸੀਂ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਾ ਸੰਬੰਧ ਦੇ ਰੂਪ ਦੇ ਵਿੱਚ ਕਿਸੇ ਨੂੰ ਹੈਲਪ ਦਿੰਦੇ ਹੋ ਅਤੇ ਜਦੋਂ ਉੱਠ ਕੇ ਖਾਣ ਦੇ ਜਾਂ ਗੱਲ ਸਮਝਣ ਦੇ ਸਟੇਜ ਬਾਏ ਸਟੇਜ ਜਦੋਂ ਇੰਪਰੂਵ ਹੁੰਦਾ ਹੈ ਤਾਂ ਬਹੁਤ ਹੀ ਖੁਸ਼ੀ ਹੁੰਦੀ ਹੈ ਅਤੇ ਸੰਗਤ ਨਾਲ ਵੀ ਬਹੁਤ ਪਿਆਰ ਆਉਂਦਾ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ ਸਾਰੀ ਹੀ ਸੰਗਤ ਦੇ ਜਿੰਨੀ ਵੀ ਸੰਗਤ ਜੁੜੀ ਹੋਈ ਹੈ ਸੰਗਤ ਏਡ ਮੈਡੀਕਲ ਫੰਡ ਦੇ ਨਾਲ ਅਤੇ ਜਿਹੜਾ ਬੱਚੀ ਦਾ ਹੁਣ ਤੱਕ ਟੋਟਲ ਜਿਹੜਾ ਅਮਾਊਂਟ ਬਣ ਚੁੱਕਿਆ ਉਹ 3.5 ਤੋਂ 4 ਲੱਖ ਦੇ ਅੰਦਰ ਅੰਦਰ ਜਿਹੜਾ ਬੱਚੀ ਦਾ ਖਰਚਾ ਜਿਹੜਾ ਆ ਚੁੱਕਿਆ ਹੁਣ ਤੱਕ ਅਤੇ ਅੱਗੇ ਵੀ ਅਸੀਂ ਆਸ ਕਰਦੇ ਹਾਂ ਕਿ ਜੋ ਵੀ ਟ੍ਰੀਟਮੈਂਟ ਹੋਵੇਗਾ ਜਾਂ ਅੱਗੇ ਵੀ ਦਵਾਈ ਬੱਚੀ ਦੀ ਚੱਲੇਗੀ ਉਹ 'ਚ ਸੰਗਤ ਮੋਢੇ ਦੇ ਉੱਤੇ ਹੱਥ ਰੱਖ ਕੇ ਬੱਚੀ ਨੂੰ ਜਿਹੜਾ ਤੋਰੇਗੀ ਅਤੇ ਇਹਨਾਂ ਦੇ
जे हसदे खेडदी है बच्ची अपने परिवार दे विच जावेगी ते जदों बच्ची घर जांदी है या ठीक हुंदी है तुरन दे या खाण पीण दे काबल हो जांदी उस तों बाद भी बच्ची दी सांझ तुहाडे नाल जरूर पवावांगे जी। ਹਾਂਜੀ ਹੁਣ ਅਸੀਂ ਸੰਤੋਸ਼ ਕੌਰ ਨੂੰ ਦੇਖਿਆ ਮਨ ਨੂੰ ਬਹੁਤ ਹੀ ਖੁਸ਼ੀ ਹੋਈ ਕਿ ਹਾਂ ਬੇਟੀ ਹੁਣ ਅੱਖਾਂ ਖੋਲ ਕੇ ਦੇਖ ਰਹੀ ਆ ਕਿਉਂ ਦੇਖ ਰਹੀ ਆ ਕਰਕੇ ਤੁਹਾਡੀ ਦਿੱਤੀ ਹੋਈ ਮਾਇਦਾ ਨਾਲ ਉਸਦਾ ਆਪਰੇਸ਼ਨ ਹੋਇਆ ਬਹੁਤ ਬਹੁਤ ਇੱਕ ਵਾਰੀ ਫਿਰ ਦਿਲ ਦੀਆਂ ਗਹਿਰਾਈਆਂ ਤੁਹਾਡੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਚੋਂ ਬੇਅੰਤ ਮਾਇਆ ਭੇਜ ਕੇ ਇਸਦਾ ਆਪਰੇਸ਼ਨ ਕਰਾਇਆ ਅਤੇ ਸਾਰੀ ਉਮਰ ਇਕੱਲੀ ਸੰਤੋਸ਼ ਕੌਰ ਨੇ ਸਾਰਾ ਪਰਿਵਾਰ ਹੀ ਤੁਹਾਨੂੰ ਅਸੀਸਾਂ ਦੇ ਗਿਆ ਉਹਨੂੰ ਅਸੀਸਾਂ ਦੇ ਸਦਕੇ ਤਾਂ ਦੇਖੋ ਤੁਹਾਡੇ ਪਰਿਵਾਰ ਵਿੱਚ ਬਹੁਤ ਹੀ ਖੁਸ਼ੀਆਂ ਆਉਣਗੀਆਂ ਤੁਹਾਡੇ ਪਰਿਵਾਰਾਂ ਵਿੱਚ ਖੇੜੇ ਆਉਣਗੇ ਤਾਂ ਮੈਂ ਕਹਿੰਦੀ ਕਿ ਮਾਲਕ ਦੀ ਬਹੁਤ ਵੱਡੀ ਵੀਰ ਜੀ ਕਿਰਪਾ ਹੋਈ ਆ ਕਿ ਹਜੇ ਇੱਕ ਮਹੀਨਾ ਹੋਇਆ ਆਪਾਂ ਨੂੰ ਇਹ ਪ੍ਰੋਗਰਾਮ ਸਟਾਰਟ ਕੀਤੇ ਨੂੰ। ਹਾਂਜੀ ਤੇ ਦੇਖ ਲਓ ਵੀ ਆਪਾਂ ਦੋ ਵੱਡੇ ਆਪਰੇਸ਼ਨ ਕਰਾਏ ਆ ਜਿਨ੍ਹਾਂ ਤੇ ਕਿ 8 ਲੱਖ ਰੁਪਏ ਤੋਂ ਉੱਪਰ ਹੈ। ਇਹ ਸਾਰੀ ਸੰਗਤ ਦੀ ਮਿਹਰਬਾਨੀ ਹੈ ਬਿਲਕੁਲ ਤੇ ਆਈ ਸੰਗਤ ਮਿਹਰਬਾਨ ਰਹੂਗੀ ਹੋਰ ਵੀ ਕਿਉਂਕਿ ਇਹ ਬੈਂਕ ਹੈ ਅਸੀਂ ਹੋਰ ਵੀ ਉੱਥੇ ਜਿੰਨੇ ਵੀ ਹੈਗੇ ਆ ਕੋਈ ਵੀ ਸੰਗਤ ਕੋਲੇ ਕੋਈ ਆਉਂਦਾ ਹੈ ਅਸੀਂ ਸਾਰਿਆਂ ਦੀ ਹੈਲਪ ਕਰਾਂਗੇ। ਅਸੀਂ ਇਹ ਥੋੜੂ ਆ ਵੀ ਆਹ ਆਪਰੇਸ਼ਨ ਕਰਕੇ ਅਸੀਂ ਰੁਕ ਜਾਣਾ ਹੁਣ ਤੀਜਾ ਆਪਰੇਸ਼ਨ ਆਪਣਾ ਫੇਰ ਡਿਊ ਆ। ਹਾਂਜੀ 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 ਅਮਰਜੀਤ ਸਿੰਘ ਦਾ। ਹਾਂਜੀ ਅਮਰਜੀਤ ਦਾ ਆਪਰੇਸ਼ਨ ਵੀ ਉਹ ਵੀ ਬਸ ਸੰਗਤਾਂ ਦੇ ਸਹਿਯੋਗ ਦੇ ਨਾਲ ਹੋ ਜਾਣਾ ਤਾਂ ਮਨ ਨੂੰ ਖੁਸ਼ੀ ਹੁੰਦੀ ਆ ਕਿ ਜਦੋਂ ਇੰਨਾ ਕੋਈ ਬਿਮਾਰ ਹੋਵੇ ਵਿਚਾਰਾ ਪਹਿਲਾਂ ਦੇਖ ਵੀ ਨਹੀਂ ਸੀ ਸਕਦੀ ਇੰਨਾ ਸੀਗਾ ਵੀ ਆਪਣੇ ਘਰਦਿਆਂ ਨੂੰ ਪਹਿਚਾਣਦੀ ਵੀ ਨਹੀਂ ਸੀ ਪਰ ਇਹ ਗੁਰੂ ਦੀ ਕਿਰਪਾ ਤੁਹਾਡੇ ਸਹਿਯੋਗ ਦੇ ਨਾਲ ਦੋ ਬਹੁਤ ਹੀ ਵੱਡੇ ਜਿਹੜੇ ਆਪਰੇਸ਼ਨ ਹੋ ਚੁੱਕੇ ਆ ਤੀਜਾ ਆਪਰੇਸ਼ਨ ਹੋਣ ਜਾਣ ਰਿਹਾ ਆ ਅਮਰਜੀਤ ਸਿੰਘ ਜੀ ਦਾ ਤੁਹਾਡੀ ਹੈਲਪ ਚਾਹੀਦੀ ਬਹੁਤ ਹੀ ਜਲਦੀ ਉਹ ਵੀ ਆਪਰੇਸ਼ਨ ਹੋ ਸਕਦਾ ਆ ਤਾਂ ਜ਼ਰੂਰ ਜਿੰਨਾ ਵੀ ਤਿਲਫ ਤੁਸੀਂ ਪਾ ਸਕਦੇ ਹੋ ਪਾਉਣਾ ਚਾਹੀਦਾ ਬਹੁਤ ਹੀ ਸਾਡੇ ਜਿਹੜੇ ਇਸ ਟਾਈਮ 'ਤੇ ਪ੍ਰੋਗਰਾਮ ਦੇਖ ਰਹੇ ਨੇ ਬਹੁਤ ਹੀ ਧਨੀ ਹਨ ਪਰਮਾਤਮਾ ਦੀ ਉਹਨਾਂ 'ਤੇ ਬਹੁਤ ਹੀ ਕਿਰਪਾ ਆ ਜਿਹੜੇ ਇਸ ਟਾਈਮ 'ਤੇ ਪ੍ਰੋਗਰਾਮ ਦੇਖ ਰਹੇ ਨੇ ਤਾਂ ਜ਼ਰੂਰ ਤੁਸੀਂ ਕਿਰਪਾ ਕਰੋ ਤਾਂ ਉਹਨਾਂ ਦਾ ਆਪਰੇਸ਼ਨ ਆਪਾਂ ਕਰਾਈਏ ਤਾਂ ਸਾਰੀ ਉਮਰ ਤੁਹਾਨੂੰ ਉਹ ਅਸੀਸਾਂ ਦੇਣਗੇ ਅਮਰਜੀਤ ਸਿੰਘ ਹੁਣੀ ਵੀ। ਸੋ ਵੀਰ ਜੀ ਜਿਸ ਤਰ੍ਹਾਂ ਆਪਾਂ ਗੱਲਬਾਤ ਕਰਦੇ ਸੀ ਵੀ ਹੁਣ ਦੋ ਬਹੁਤ ਵੱਡੇ ਆਪਰੇਸ਼ਨ ਹੋਏ ਆ ਤਾਂ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਐਡਾ ਵੱਡਾ ਵਿਚਾਰੇ ਨੂੰ ਦੁੱਖ ਲੱਗ ਚੁੱਕੇ ਹਨ ਤਾਂ ਆਪਣੇ ਆਪ ਉਹ ਇਲਾਜ ਨਹੀਂ ਸੀ ਕਰਵਾ ਸਕਦੇ ਨਹੀਂ ਸੀ ਕਰਵਾ ਸਕਦੇ। ਹਾਂਜੀ 18 ਸਾਲਾਂ ਦੀ ਬੇਟੀ ਆ ਜਿਹੜੀ ਜਿਨ੍ਹਾਂ ਦੀ 18 ਸਾਲਾਂ ਦੀ ਬੇਟੀ ਵਿਚਾਰੀ ਬਿਮਾਰ ਬੈੱਡ ਦੇ ਉੱਪਰ ਪਈ ਹੋਵੇ ਉਸ ਮਾਂ ਪਿਤਾ ਪਿਤਾ ਦੇ ਹਾਲਾਤ ਕਿਹੋ ਜਿਹੇ ਹੋ ਜਾਂਦੇ ਆ ਤੇ ਦੂਸਰੀ ਵੀ ਜਿਹੜੀ ਬੇਟੀ ਰਣਦੀਪ ਉਹਨਾਂ ਦਾ ਵੀ ਆਪਰੇਸ਼ਨ ਹੋ ਚੁੱਕਾ ਆ ਬਹੁਤ ਹੀ ਪੈਸਾ ਖਰਚ ਹੋਇਆ ਉਹਨਾਂ ਦੇ ਆਪਰੇਸ਼ਨ ਤੇ ਵੀ ਹੁਣ ਤੀਜਾ ਆਪਰੇਸ਼ਨ ਵੀ ਤੁਹਾਡੇ ਸਹਿਯੋਗ ਦੇ ਨਾਲ ਹੋ ਜਾਣਾ ਆ ਕਿਉਂਕਿ ਮਾਲਕ ਦੀ ਤੁਹਾਡੇ ਤੇ ਬਹੁਤ ਕਿਰਪਾ ਆ ਤੁਸੀਂ ਬਹੁਤ ਦਿਆਲੂ ਹੋ ਜਿਹੜੇ ਤੁਸੀਂ ਇਸ ਟਾਈਮ ਤੇ ਪ੍ਰੋਗਰਾਮ ਦੇਖ ਰਹੇ ਹੋ ਤਾਂ ਜਿੰਨਾ ਵੀ ਤਿਲ ਫੁੱਲ ਹੋ ਸਕਦਾ ਤੁਸੀਂ ਜਰੂਰ ਆਪਣਾ ਸਹਿਯੋਗ ਪਾਓ। ਮੈਂ ਉਹਨਾਂ ਵੀਰ ਜੀ ਹੁਣਾਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਨੀਲੀ 1500 ਪਾਉਂਡ ਇਹਨਾਂ ਦੇ ਇਲਾਜ ਵਾਸਤੇ ਦਿੱਤਾ। ਹਾਂਜੀ ਪਿਛਲੇ ਹਫਤੇ ਅਸੀਂ ਅਨਾਉਂਸ ਵੀ ਉਹਨਾਂ ਦਾ ਕੀਤਾ ਸੀ ਪਰ ਉਹ ਕਹਿੰਦੇ ਵੀ ਸਾਡਾ ਨਾਂ ਨਹੀਂ ਲੈਣਾ ਤਾਂ ਨੀਲੀ 1500 ਪਾਉਂਡ ਉਹਨਾਂ ਨੇ ਇਸ ਆਪਰੇਸ਼ਨ ਵਾਸਤੇ ਤਾਂ ਹੋਰ ਵੀ ਸਾਡੀਆਂ ਭੈਣਾਂ ਕਿਸੇ ਨੇ 100 ਪਾਉਂਡ ਕਿਸੇ ਨੇ 200 ਪਾਉਂਡ ਇਹਨਾਂ ਦੇ ਇਲਾਜ ਵਾਸਤੇ ਦਿੱਤਾ ਤਾਂ ਮੈਂ ਕਹਿੰਦੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਤੁਹਾਡੇ ਘਰਾਂ ਦੇ ਵਿੱਚ ਬਹੁਤ ਹੀ ਖੁਸ਼ੀਆਂ ਆਉਣ ਕਿਉਂਕਿ ਜਦੋਂ ਆਪਾਂ ਕਿਸੇ ਗਰੀਬ ਦੀ ਬਾਂਹ ਫੜਦੇ ਆ ਕਿਸੇ ਮਰੀਜ਼ ਦਾ ਇਲਾਜ ਕਰਵਾਉਂਦੇ ਹਾਂ ਤਾਂ ਉਹ ਕੀਤਾ ਹੋਇਆ ਇਲਾਜ ਜਾਂ ਗਰੀਬ ਦੀ ਫੜੀ ਹੋਈ ਬਾਂਹ ਕਦੇ ਵਿਅਰਥੀ ਨਹੀਂ ਜਾਂਦੀ ਹਮੇਸ਼ਾ ਪਰਮਾਤਮਾ ਤੁਹਾਨੂੰ ਖੁਸ਼ੀਆਂ ਦਿੰਦਾ ਹੀ ਦਿੰਦਾ ਆ। ਕਹਿੰਦੇ ਕਿ ਗੁਰੂ ਦੇ ਘਰ ਦੇਰ ਹੈਗੀ ਅੰਧੇਰ ਨਹੀਂ। ਹਾਂ ਬਾਕੀ ਭੈਣ ਜੀ ਜਿਹੜੇ ਗਰੀਬ ਆਦਮੀ ਦੀ ਜਿਹੜੀ ਅਸੀਸ ਹੈ ਨਾ ਉਹ ਸਿੱਧੀ ਜਾ ਕੇ ਉੱਥੇ ਲੱਗਦੀ ਹੈ। ਬਖਸ਼ਿਸ਼ ਕਰਨੀ ਹੈ ਉਹਨਾਂ ਦੀਆਂ ਅਸੀਸਾਂ ਨੇ ਇਹ ਰੰਗ ਲਿਆਉਣਾ ਹੈ ਕਿਉਂਕਿ ਗਰੀਬ ਦੀ ਦਿੱਤੀ ਹੋਈ ਅਸੀਸ ਵੀਰ ਜੀ ਕਦੇ ਵਿਰਥੀ ਨਹੀਂ ਜਾਂਦੀ ਕਿਉਂਕਿ ਉਹ ਤਾਂ ਕਹਿੰਦੇ ਬੇ ਤੁਸੀਂ ਪ੍ਰਸਖ ਕਰਕੇ ਦੇਖ ਲਓ ਜੇ ਗਰੀਬ ਨੇ ਹਨਾ ਇੱਕ ਵਾਰੀ ਆਪਣੇ ਅੰਦਰੋਂ ਉਹ ਆਵਾਜ਼ ਉਹਨਾਂ ਦੇ ਹੁਣ ਅੰਦਰੋਂ ਆਵਾਜ਼ ਆਏਗੀ ਕਿਉਂਕਿ ਜਿਨ੍ਹਾਂ ਦੇ ਬੱਚਿਆਂ ਦੇ ਇਲਾਜ ਹੋਏ ਹਨ ਜਿਨ੍ਹਾਂ ਦੇ ਬੇਟੀਆਂ ਵਿਚਾਰੀਆਂ ਬੈੱਡ ਦੇ ਉੱਪਰ ਪਈਆਂ ਸੀ ਮੰਜਿਆਂ ਦੇ ਉੱਪਰ ਪਈਆਂ ਸੀ ਇਸ ਵੇਲੇ ਉਹ ਤੁਰਨ ਦੇ ਕਾਬਲ ਬਣਾਤੀਆਂ ਤੁਹਾਡੀ ਮਾਇਆ ਨੇ ਤਾਂ ਜਿਹੜੇ ਸੰਤੋਸ਼ ਕੌਰ ਸੀ ਉਹ ਵੀ ਵਿਚਾਰੀ ਦੇਖੋ ਕਿਹੋ ਜਿਹੇ ਉਹਦੇ ਹਾਲਾਤ ਸੀ ਇਸ ਟਾਈਮ ਤੇ ਉਹ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆਪਣੇ ਆਪ ਥੋੜਾ ਬਹੁਤਾ ਖਾ ਆਪਣੇ ਆਪਣੇ ਚਲੋ ਖਿਲਾ ਰਹੇ ਨੇ ਪਰ ਫਿਰ ਵੀ ਚਲੋ ਏਟਲੀਸਟ ਖਾਣ ਲੱਗ ਪਏ ਇਹ ਵੀ ਬਹੁਤ ਵੱਡੀ ਗੱਲ ਹੈਗੀ ਆ ਤਾਂ ਕਿਸ ਤਰ੍ਹਾਂ ਹੋਇਆ ਸਿਰਫ ਤੁਹਾਡੀ ਮਾਇਆ ਨਾਲ ਤੁਹਾਡੀ ਦਿੱਤੀ ਹੋਈ ਮਾਇਆ ਨਾਲ ਉਹਨਾਂ ਦੇ ਇਲਾਜ ਇਹ ਸਾਰਾ ਹੋਇਆ ਆ। ਸੋ ਹੋਰ ਵੀ ਜਿਹੜੇ ਦੇਖ ਰਹੇ ਨੇ ਤਾਂ ਹੁਣ ਸਾਡੀ ਮੇਨ ਹੈਗਾ ਮਕਸਦ ਵੀ ਹੁਣ ਅਸੀਂ ਅਮਰਜੀਤ ਸਿੰਘ ਹੁਣਾਂ ਦਾ ਵੀ ਆਪਰੇਸ਼ਨ ਕਰਵਾਉਣਾ ਹੈ ਕਰਾਉਣਾ। ਹਾਂਜੀ ਤੇ ਸੰਗਤ ਦੇ ਮੂਹਰੇ ਕੁਛ ਵੀ ਨਹੀਂ ਉਹ ਹਮੇਸ਼ਾ ਮਦਦ ਕਰਦੇ ਰਹਿਣਗੇ। ਅਮਰਜੀਤ ਤੋਂ ਬਾਅਦ ਖਬਰੇ ਹੋਰ ਕਿੰਨਿਆਂ ਦੀ ਸੰਗਤ ਜਿਹੜੀ ਹੈ ਏਡ ਜਿਹੜੇ ਬਾਂਹ ਫੜਨੀ ਹੈ ਜੀ ਬਿਲਕੁਲ। ਹਾਂਜੀ ਤੇ ਉਹਨਾਂ ਦੀ ਬਾਂਹ ਅਸੀਂ ਫੜਨੀ ਹੈ ਤੇ ਅਸੀਂ ਗਾਂ ਸੰਗਤ ਨੂੰ ਫੜਾ ਦੇਣੀ ਹੈ ਜੀ ਬਿਲਕੁਲ। ਕਰਨ ਵਾਲੀ ਸੰਗਤ ਹੈ ਮੇਨ ਜਿਹੜੀ ਹੈ ਉਹ ਸਾਡੀ ਸੰਗਤ ਹੈ
ਜਿਹੜੀ ਕਿ ਗੁਰੂ ਦਾ ਰੂਪ ਹੈ ਬਿਲਕੁਲ ਹਨ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਕਿਉਂਕਿ ਪਰਮਾਤਮਾ ਉਸ ਸੰਗਤ ਦੇ ਵਿੱਚ ਹੀ ਵਸਦਾ ਹੈ ਉਹ ਸੰਗਤ ਨੂੰ ਹੀ ਉਹ ਪ੍ਰੇਰਦਾ ਵੀ ਹਾਂ ਇਹ ਜਿਹੜਾ ਕੰਮ ਚੱਲ ਰਿਹਾ ਇਸ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਵੋ ਭਾਗਾਂ ਵਾਲੇ ਹੋ ਜਿਹੜੇ ਤੁਸੀਂ ਆਪਣਾ ਯੋਗਦਾਨ ਪਾ ਰਹੇ ਹੋ ਪਰਮਾਤਮਾ ਦੀ ਤੁਹਾਡੇ 'ਤੇ ਬਹੁਤ ਹੀ ਕਿਰਪਾ ਹੈਗੀ ਆ ਜਿਹੜੀ ਤੁਸੀਂ ਇਸ ਵਿੱਚ ਆਪਣਾ ਦਸਵੰਧ ਪਾ ਰਹੇ ਹੋ ਕਿਉਂਕਿ ਇਹ ਦਸਵੰਧ ਤੁਹਾਨੂੰ ਪਤਾ ਹੈ ਕਿ ਇਹ ਸਾਰਾ ਉੱਥੇ ਲੱਗਣਾ ਆ ਇਹ ਜਿਹੜਾ ਸੰਗਤ ਇਹ ਮੈਡੀਕਲ ਫੰਡ ਆ ਉਸ ਦੇ ਵਿੱਚ ਹੀ ਸਾਰੀ ਮਾਇਆ ਪਾਈ ਜਾਏਗੀ तो उस कि इलाज से खर्च होगा वह भी सूँ पूरा वेरवा दिता जाएगा जिस तरह हूँ अशदीप ने भी दसिया भी हाँ इन्ना खर्च ये हो चुका है इन्ना खर्च ये हो चुका है आने वाले समय में पूरा वेरवा दिता जाएगा भी हाँ किसी इलाज से कि खर्च हो दूसरा जोड़ा असं धनवाद उन्होंने करते हैं जिथे ये सारे ऑपरेशन हो रहे हैं संत बाबा जगतार सिंह होना का मैं कहती एक तो संत महापुरुष जो योजे मैडिकल मैडिकल जो होस्पिटल होंगे उन्होंने चला रहे होंगे तो अगवाई करते हैं उस ने उन्होंने ब्लैसिंग वैसे ही मिल जाए जगतार सिंह ਜਾਨਕੀ ਵੀ ਉਹ ਸਾਰਿਆਂ ਦੀ ਸੇਵਾ ਕਰ ਰਹੇ ਨੇ ਜੀ ਬਿਲਕੁਲ ਹਾਂਜੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਟੀ ਹਸਪੀਟਲ ਜਿਹੜਾ ਇਹ ਹੈਗਾ ਆ ਤਰਨ ਤਾਰਨ ਸਾਹਿਬ ਦੇ ਵਿੱਚ ਹੈਗਾ ਹੈ ਤਾਂ ਇੱਥੇ ਸਾਰੇ ਇਲਾਜ ਹੋ ਰਹੇ ਨੇ ਬਹੁਤ ਹੀ ਵਧੀਆ ਇਹ ਹਸਪੀਟਲ ਆ ਤਾਂ ਉੱਥੇ ਦੇਖੋ ਇੱਕ ਤਾਂ ਤੁਸੀਂ ਭਰੋਸਾ ਕਰਕੇ ਉੱਥੇ ਮਰੀਜ਼ਾਂ ਨੂੰ ਲਿਜਾ ਸਕਦੇ ਹੋ ਤਾਂ ਦੂਸਰਾ ਜਿਹੜਾ ਹੁਣ ਆਪਰੇਸ਼ਨ ਇੱਕ ਵਾਰੀ ਜਾਣ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਵੀ ਜਿਹੜਾ ਇੰਨਾ ਖਰਚ ਹੋਇਆ ਸੰਤੋਸ਼ ਕੌਰ ਦੇ ਆਪਰੇਸ਼ਨ 'ਤੇ ਰਣਦੀਪ ਜੀ ਕੌਰ ਦੇ ਆਪਰੇਸ਼ਨ ਦੇ ਦੋਨੇ ਬੇਟੀਆਂ ਚਲੋ ਵਾਹਿਗੁਰੂ ਕਿਰਪਾ ਕਰੇ ਉਹ ਹੁਣ ਠੀਕ ਠਾਕ ਹੋ ਜਾਣ ਤਾਂ ਫਿਰ ਵਾਹਿਗੁਰੂ ਕਿਰਪਾ ਕਰੇ ਫਿਰ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਫਿਰ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਵਿਆਹ ਦਾ ਵੀ ਸੋਚ ਸਕਦੇ ਆ ਸੋਚ ਸਕਦੇ ਹਾਂ ਜੀ ਫਿਰ ਵੀ ਸੰਗਤ ਉਹਨਾਂ ਦੀ ਹੈਲਪ ਕਰੂਗੀ ਹਾਂਜੀ ਹਾਂ ਜ਼ਰੂਰ ਕਰੂਗੀ ਸੰਗਤ ਬੜੀ ਦਿਆਲੂ ਆ ਤੇ ਆਉਣ ਵਾਲੇ ਜਿੰਨੇ ਵੀ ਜਿਨ੍ਹਾਂ ਦੀ ਬਾਹ ਫੜੂਗਾ ਸੰਗਤ ਏਡ ਜੀ ਉੱਥੇ ਤੇ ਈਵਨ ਉਹ ਡਾਕਟਰ ਵੀ ਸਾਰਿਆਂ ਦਾ ਧੰਨਵਾਦ ਕਰਨਗੇ ਕਿ ਬਾਹਰੋਂ ਬੈਠੇ ਲੋਕ ਇੰਨਾ ਪਿੱਛੇ ਦਾ ਸੋਚ ਰਹੇ ਨੇ ਪਰਿਵਾਰਾਂ ਦਾ ਗਰੀਬ ਪਰਿਵਾਰਾਂ ਦਾ ਸੋਚ ਰਹੇ ਆ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਵੀ ਅਸੀਂ ਇੰਨੇ ਦੂਰ ਬੈਠੇ ਉਹਨਾਂ ਦਾ ਪਿੱਛੇ ਭੈਣ ਭਰਾਵਾਂ ਦਾ ਵੀ ਸੋਚ ਰਹੇ ਹਾਂ ਤੇ ਗੁਰੂ ਤੁਹਾਡੇ ਤੇ ਸਾਰਿਆਂ ਤੇ ਕਿਰਪਾ ਕਰੂਗਾ ਔਰ ਕਿਰਪਾ ਕਰ ਵੀ ਰਿਹਾ ਹੈ ਕਿਉਂਕਿ ਟਾਈਮ ਕਾਫੀ ਹੋ ਚੁੱਕਾ ਅਸੀਂ ਹੋਰ ਚਲੋ ਅਪਡੇਟ ਨਹੀਂ ਦੇ ਸਕਦੇ ਪਰ ਅਸੀਂ ਚਲੇ ਜਾਣਾ ਪਰ ਜਿਹੜੇ ਲਾਈਨਸ ਆ ਉਹ ਖੁੱਲੀਆਂ ਰਹਿਣੀਆਂ ਤੁਹਾਡੇ ਵਾਸਤੇ ਫੋਨ ਕਾਲ ਕਰਨ ਵਾਸਤੇ ਉਹ ਹੈਗਾ ਨੰਬਰ 0121-3691380 ਤੇ ਤਾਂ ਤੁਸੀਂ ਫੋਨ ਕਾਲ ਕਰਕੇ ਆਪਣਾ ਜਿੰਨਾ ਵੀ ਤੁਸੀਂ ਮਾਇਆ ਦੇਣੀ ਚਾਹੁੰਦੇ ਹੋ ਦੇ ਸਕਦੇ ਹੋ ਕਿਉਂਕਿ ਜਿਹੜਾ ਅਮਰਜੀਤ ਦਾ ਆਪਰੇਸ਼ਨ ਆ ਉਹ ਵੀ ਆਪਾਂ ਰਲ ਮਿਲ ਕੇ ਜ਼ਰੂਰ ਕਰਵਾਉਣਾ ਹੈ ਕਿ ਮਾਲਕ ਦੇ ਅੱਗੇ ਇਹੀ ਅਰਦਾਸ ਕਰਿਆ ਕਰੀਏ ਇਹੀ ਜੋਦੜੀ ਕਰੇ ਸੱਚੇ ਪਾਤਸ਼ਾਹ ਅਸੀਂ ਵੀ ਕਿਸੇ ਦੀ ਹੈਲਪ ਕਰ ਸਕੀਏ ਸਾਨੂੰ ਇਹ ਮਨੁੱਖਾ ਜੀਵਨ ਤੋਂ ਦਿੱਤਾ ਆ ਤਾਂ ਅਸੀਂ ਵੀ ਕਿਸੇ ਦੇ ਕੰਮ ਆ ਸਕੀਏ ਸੋ ਮਾਲਕ ਦੀ ਕਿਰਪਾ ਹੋਈ ਆ ਸਾਨੂੰ ਇਹ ਜਿਹੜਾ ਪ੍ਰੋਜੈਕਟ ਦੇ ਬਾਬਤ ਕਹਿੰਦੇ ਵੀ ਤੁਸੀਂ ਕਰੋ ਤੁਸੀਂ ਕਰੋ ਹਾਂਜੀ ਸਾਨੂੰ ਕਾਰਨ ਬਣਾਇਆ ਜੀ ਤੇ ਤੁਹਾਡਾ ਸਾਰਿਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅਗਾਹ ਨੂੰ ਵੀ ਅਗਲੇ ਹਫਤੇ ਫੇਰ ਅਸੀਂ ਮਿਲਦੇ ਹਾਂ ਤੁਹਾਨੂੰ ਇੱਕ ਜੀ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਸਾਰਿਆਂ ਸੰਗਤਾਂ ਨੂੰ ਧੰਨ ਧੰਨ ਦੇ ਯੋਗ ਹੋ ਜਿਨ੍ਹਾਂ ਨੇ ਦੋ ਬਹੁਤ ਵੱਡੇ ਆਪਰੇਸ਼ਨ ਉਹਨਾਂ ਮਰੀਜ਼ਾਂ ਦੇ ਕਰਵਾਏ ਜਿਹੜੇ ਵਿਚਾਰੇ ਹੁਣ ਤੁਹਾਨੂੰ ਅਸੀਸਾਂ ਦੇਣਗੇ ਸਾਰੀ ਉਮਰ ਇਕੱਲੇ ਇੱਕ ਦੋ ਵਾਰੀ ਨਹੀਂ ਸਾਰੀ ਉਮਰ ਤੁਹਾਨੂੰ ਅਸੀਸਾਂ ਦੇਣਗੇ ਜਿਨ੍ਹਾਂ ਦੀ ਕਿਰਤ ਕਮਾਈ ਦੇ ਨਾਲ ਉਹਨਾਂ ਦੇ ਆਪਰੇਸ਼ਨ ਹੋਏ ਆ ਸੋ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਖੀਰ ਦੇ ਵਿੱਚ ਅਸੀਂ ਫਤਿਹ ਬੁਲਾਉਂਦੇ ਹਾਂ ਫਤਿਹ ਦਾ ਜਵਾਬ ਖਾਲਸਾ ਜੀ ਫਤਿਹ ਵੀ ਜ਼ਰੂਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ